ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੀ ਚੈਨਲ ਮੈਥ ਵਿਦ ਸੁਮਨ ਪ੍ਰੀਤ ਕੌਰ ਤੇ ਮੈਂ ਹਾਂ ਸੁਮਨ ਪ੍ਰੀਤ ਕੌਰ ਅਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ ਇੰਡੀਆ ਅਤੇ ਪੰਜਾਬ ਦੀ ਮਿਕਸ ਜੀਕੇ ਹਾਂਜੀ ਭਾਰਤ ਅਤੇ ਪੰਜਾਬ ਦੀ ਮਿਕਸ ਜੀਕੇ ਦੇ ਟੌਪ 100 ਕੁਐਸਚਨ ਇਸ ਵੀਡੀਓ ਦੇ ਵਿੱਚ ਲਿਆ ਸੀ ਜਿਹੜੇ ਕਿ 2021 ਦੇ ਅਲੱਗ-ਅਲੱਗ ਕੰਪੀਟੀਟਿਵ ਐਗਜ਼ਾਮ ਦੇ ਵਿੱਚ ਰਿਪੀਟ ਹੋ ਚੁੱਕੇ ਨੇ ਤੇ ਜਿਹੜੇ ਵੀ ਜਿਹੜੇ ਵੀ ਸਟੂਡੈਂਟ ਨੈਪ ਤਸੀਲਦਾਰ ਦੇ ਇਗਜ਼ਾਮ ਦੀ ਤਿਆਰੀ ਕਰ ਰਹੇ ਨੇ ਉਹਨਾਂ ਦੇ ਲਈ ਅੱਜ ਦੀ ਇਹ ਵੀਡੀਓ ਬਹੁਤ ਜ਼ਿਆਦਾ ਹੈਲਪਫੁਲ ਹੋਣ ਵਾਲੀ ਹੈ ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਦੇਖਣਾ ਕਿਹ ਨਦੀਆਂ ਹਨ ਰਾਈਟ ਆਨਸਰ ਹੈ ਜੀ অপਸ਼ਨ ਨੰਬਰ ਬੀ 4 ਭਾਰਤ ਦੇ ਵਿੱਚ ਚਾਰ ਤਰ੍ਹਾਂ ਦੀਆਂ ਨਦੀਆਂ ਹਨ ਕਿਹੜੀਆਂ-ਕਿਹੜੀਆਂ ਗੰਗਾ ਯਮੁਨਾ ਬ੍ਰਹਮਪੁੱਤਰ ਨਰਮਦਾ ਨੈਕਸਟ ਕੁਐਸਚਨ ਕਿਸ ਮਹਾਦੀਪ ਨੂੰ ਕਾਲਾ ਮਹਾਦੀਪ ਕਿਹਾ ਜਾਂਦਾ ਹੈ ਰਾਈਟ ਆਨਸਰ ਹੈ ਜੀ অপਸ਼ਨ ਨੰਬਰ ਬੀ ਅਫਰੀਕਾ ਅਫਰੀਕਾ ਮਹਾਦੀਪ ਨੂੰ ਕਾਲਾ ਮਹਾਦੀਪ ਕਿਹਾ ਜਾਂਦਾ ਹੈ ਹਾਂਜੀ ਇਸ ਤੋਂ ਇਲਾਵਾ ਏਸ਼ੀਆ ਦੁਨੀਆ ਦਾ ਸਭ ਤੋਂ ਵੱਡਾ ਮਹਾਦੀਪ ਹੈ ਵੀ ਤੁਸੀਂ ਯਾਦ ਰੱਖਣਾ ਨੈਕਸਟ ਕੁਐਸਚਨ ਚੜਦੇ ਸੂਰਜ ਦੀ ਧਰਤੀ ਕਿਸ ਰਾਜ ਨੂੰ ਕਿਹਾ ਜਾਂਦਾ ਹੈ ਹਾਂਜੀ ਚੜਦੇ ਸੂਰਜ ਦੀ ਧਰਤੀ ਜਾਪਾਨ ਨੂੰ ਕਿਹਾ ਜਾਂਦਾ ਹੈ অপਸ਼ਨ ਨੰਬਰ B ਇਸ ਆ ਰਾਈਟ ਆਨਸਰ ਜਾਪਾਨ ਨੈਕਸਟ ਕੁਐਸਚਨ ਹਜ਼ਾਰਾਂ ਝੀਲਾਂ ਦੀ ਧਰਤੀ ਹਾਂਜੀ ਹਜ਼ਾਰਾਂ ਝੀਲਾਂ ਦੀ ਧਰਤੀ ਕਿਸ ਨੂੰ ਕਿਹਾ ਜਾਂਦਾ ਹੈ ਹਰੇ ਕੁਐਸਚਨ ਦੇ ਲਈ ਮੈਂ ਤੁਹਾਨੂੰ 3 ਸੈਕਿੰਡ ਦੇ ਰਹੀ ਹਾਂ ਆਪਣਾ ਕੁਐਸਚਨ ਤੁਸੀਂ ਕਾਪੀ ਤੇ ਵੀ ਲਿਖ ਸਕਦੇ ਹੋ ਕਮੈਂਟ ਬਾਕਸ ਦੇ ਵਿੱਚ ਵੀ ਸੈਂਡ ਕਰ ਸਕਦੇ ਹੋ ਆਨਸਰ ਤੇ ਮੇਰੇ ਨਾਲ ਮੈਚ ਜ਼ਰੂਰ ਕਰਦੇ ਜਾਣਾ ਕਿ ਤੁਹਾਡੇ ਕਿੰਨੇ ਆਨਸਰ ਸਹੀ ਗਏ ਆ ਰਾਈਟ ਆਨਸਰ ਹੈ ਜੀ অপਸ਼ਨ ਨੰਬਰ A ਫਿਨਲੈਂਡ ਹਜ਼ਾਰਾਂ ਝੀਲਾਂ ਦੀ ਧਰਤੀ ਫਿਨਲੈਂਡ ਨੂੰ ਕਿਹਾ ਜਾਂਦਾ ਹੈ ਨੈਕਸਟ ਕੁਐਸ਼ਨ ਦੁਨੀਆ ਦਾ ਸਭ ਤੋਂ ਵੱਡਾ ਜਾਨਵਰ ਕਿਹੜਾ ਹੈ ਹਾਂਜੀ ਦੁਨੀਆ ਦਾ ਸਭ ਤੋਂ ਵੱਡਾ ਜਾਨਵਰ ਨੀਲੀ ਬੇਲ ਹੈ অপਸ਼ਨ ਨੰਬਰ 2 ਇਸਾ ਬੀ ਇਸਾ ਰਾਈਟ ਆਨਸਰ ਨੈਕਸਟ ਕੁਐਸ਼ਨ ਲੋਧੀ ਵੰਸ਼ ਦਾ ਮੋਢੀ ਕੌਣ ਹੈ ਹਾਂਜੀ ਲੋਦੀ ਵੰਸ਼ ਦਾ ਮੋਢੀ ਸ਼ਿਕੰਦਰ ਲੋਦੀ ਆ ਹਾਂਜੀ ਲੋਦੀ ਵੰਸ਼ ਦਾ ਮੋਢੀ ਸ਼ਿਕੰਦਰ ਲੋਦੀ ਸੀ ਦਿੱਲੀ ਸਲਤਨਤ ਦੇ ਸ਼ਾਸਕ ਬਹਿਲੌਲ ਬਹਿਲੌਲ ਲੋਦੀ ਦੇ ਇਹ ਤੀਜੇ ਪੁੱਤਰ ਸਨ ਤੇ ਇਹਨਾਂ ਦਾ ਅਸਲੀ ਨਾਮ ਕੀ ਸੀਗਾ ਨਿਮਾਜ਼ ਖਾਨ ਨਿਜ਼ਾਮ ਖਾਨ ਨਿਜ਼ਾਮ ਖਾਨ ਇਹਨਾਂ ਦਾ ਅਸਲੀ ਨਾਮ ਸੀ ਤੇ 17 ਜੁਲਾਈ 1499 ਨੂੰ ਸ਼ਿਕੰਦਰ ਸਾਹ ਦੀ ਉਪਾਧੀ ਧਾਰਨ ਕਰਕੇ ਤਖਤ ਤੇ ਬੈਠੇ ਸੀ ਸ਼ਿਕੰਦਰ ਲੋਦੀ 1 ਦਸੰਬਰ 1517 ਦੇ ਵਿੱਚ ਇਹਨਾਂ ਦੀ ਮੌਤ ਹੋ ਗਈ ਸੀ ਉਸ ਤੋਂ ਬਾਅਦ ਇਬਰਾਹਿਮ ਲੋਦੀ ਤਖਤ ਤੇ ਬੈਠੇ ਇਹ ਵੀ ਤੁਸੀਂ ਯਾਦ ਰੱਖਣਾ ਨੈਕਸਟ ਕੁਐਸ਼ਨ ਹੈ ਜੀ ਤਾਜ ਮਹਿਲ ਨੂੰ ਸਭ ਤੋਂ ਵੱਧ ਕਿਹੜਾ ਰਸਾਇਣ ਮਾਰ ਰਿਹਾ ਹੈ ਹਾਂਜੀ ਤਾਜ ਮਹਿਲ ਨੂੰ ਸਭ ਤੋਂ ਵੱਧ ਸਲਫਰ ਡਾਈਆਕਸਾਈਡ ਰਸਾਇਣ ਆ ਜਿਹੜਾ ਇਹ ਮਾਰ ਰਿਹਾ ਹੈ ਆਪਸ਼ਨ ਨੰਬਰ ਸੀ ਇਸ ਦਾ ਰਾਈਟ ਆਨਸਰ ਨੈਕਸਟ ਕੁਐਸ਼ਨ ਗਰਮ ਖੂਨ ਵਾਲਾ ਜੀਵ ਕਿਹੜਾ ਹੈ ਹਾਂਜੀ ਗਰਮ ਖੂਨ ਵਾਲਾ ਜੀ ਮਨੋਖ ਹੈ অপਸ਼ਨ ਨੰਬਰ ਡੀ ਇਸ ਆ ਰਾਈਟ ਆਨਸਰ ਨੈਕਸਟ ਕੁਐਸਚਨ ਭਾਰਤ ਦੀ ਪਹਿਲੀ ਮੈਲਾ ਆਈਪੀਐਸ ਅਫਸਰ ਕੌਣ ਸੀ ਭਾਰਤ ਦੀ ਪਹਿਲੀ ਮੈਲਾ ਆਈਪੀਐਸ ਅਫਸਰ ਕਿਰਨ 베ਦੀ ਸੀ অপਸ਼ਨ ਨੰਬਰ ਏ ਇਸ ਆ ਰਾਈਟ ਆਨਸਰ 1972 ਵਿੱਚ ਆਈਪੀਐਸ ਅਧਿਕਾਰੀ ਬਣੀ ਸੀ ਕਿਰਨ 베ਦੀ ਇਨਾਂ ਦਾ ਜਨਮ ਅੰਮ੍ਰਿਤਸਰ ਦੇ ਵਿੱਚ ਹੋਇਆ ਸੀ। ਨੈਕਸਟ ਕੁਐਸ਼ਨ ਹੈ ਜੀ ਕਿਸ ਸ਼ਹਿਰ ਨੂੰ ਮਹਿਲਾ ਦਾ ਸ਼ਹਿਰ ਕਿਹਾ ਜਾਂਦਾ ਹੈ? ਹਾਂਜੀ ਕੋਲਕੱਤਾ ਸ਼ਹਿਰ ਨੂੰ ਮਹਿਲਾ ਦਾ ਸ਼ਹਿਰ ਕਿਹਾ ਜਾਂਦਾ ਹੈ। ਆਪਸ਼ਨ ਨੰਬਰ A ਇਸ ザ ਰਾਈਟ ਆਂਸਰ। ਪੱਛਮੀ ਰਾਜ ਦੀ ਪੱਛਮੀ ਬੰਗਾਲ ਦੀ ਰਾਜਧਾਨੀ ਆ ਕੋਲਕੱਤਾ ਤੇ ਹੁਗਲੀ ਨਦੀ ਦੇ ਕੰਢੇ ਤੇ ਸਥਿਤ ਆ ਠੀਕ ਹੈ ਇਹ ਵੀ ਤੁਸੀਂ ਯਾਦ ਰੱਖਣਾ। ਨੈਕਸਟ ਕੁਐਸ਼ਨ ਪੰਜਾਬ ਦਾ ਤੰਬਾਕੂ ਰਹਿਤ ਜ਼ਿਲ੍ਹਾ ਕਿਹੜਾ ਹੈ ਹਾਂਜੀ ਪੰਜਾਬ ਦਾ ਤੰਬਾਕੂ ਰਹਿਤ ਜ਼ਿਲ੍ਹਾ ਮੁਹਾਲੀਆ অপਸ਼ਨ ਨੰਬਰ ਡੀ ਇਸ ਦਾ ਰਾਈਟ ਆਂਸਰ ਨੈਕਸਟ ਕੁਐਸ਼ਨ ਮੁਕਤ ਸਰ ਤੋਂ ਕੀ ਭਾਵ ਹੈ ਹਾਂਜੀ ਮੁਕਤ ਸਰ ਤੋਂ ਭਾਵ ਹੈ ਮੁਕਤੀ ਦਾ ਸਰੋਵਰ অপਸ਼ਨ ਨੰਬਰ ਸੀ ਇਸ ਦਾ ਰਾਈਟ ਆਂਸਰ ਨੈਕਸਟ ਕੁਐਸ਼ਨ ਬਕਾਲਾ ਨਾਮਕ ਸਥਾਨ ਕਿਹੜੇ ਜ਼ਿਲ੍ਹੇ ਵਿੱਚ ਹੈ ਬਕਾਲਾ ਨਾਮਕ ਸਥਾਨ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਹੈ অপਸ਼ਨ ਨੰਬਰ A ਇਸ ਆ ਰਾਈਟ ਆਨਸਰ ਨੈਕਸਟ ਕੁਐਸਚਨ ਕਿਲਾ ਰਾਏਪੁਰ ਖੇਡ ਮੇਲਾ ਕਿੰਨੇ ਦਿਨ ਚੱਲਦਾ ਹੈ ਰਾਈਟ ਆਨਸਰ ਹੈ ਜੀ অপਸ਼ਨ ਨੰਬਰ B 3 ਦਿਨ ਕਿਲਾ ਰਾਏਪੁਰ ਖੇਡ ਮੇਲਾ 3 ਦਿਨ ਚੱਲਦਾ ਹੈ ਇਹ ਮੇਲਾ 1993 ਦੇ ਵਿੱਚ ਸ਼ੁਰੂ ਹੋਇਆ ਸੀਗਾ ਲੱਗਣਾ ਠੀਕ ਹੈ ਇਸ ਮੇਲੇ ਦੇ ਵਿੱਚ ਖੇਡਾਂ ਹੁੰਦੀਆਂ ਵਾ ਕਿਲਾ ਰਾਏਪੁਰ ਖੇਡਾਂ ਖੇਡ ਮੇਲਾ ਵਾ ਤੇ ਹਾਂਜੀ ਇਹ 1993 ਦੇ ਵਿੱਚ ਸ਼ੁਰੂ ਹੋਇਆ ਸੀਗਾ ਇਸ ਸਾਲ ਕਦੋਂ ਹੋਇਆ 2021 ਦੇ ਵਿੱਚ ਇਸ ਸਾਲ 3 ਫਰਵਰੀ ਤੋਂ ਲੈ ਕੇ 6 ਫਰਵਰੀ ਤੱਕ ਰਹੀਆਂ ਸੀ ਇਹ ਖੇਡਾਂ ਨੈਕਸਟ ਕੁਐਸਚਨ ਹੈ ਜੀ ਸਿੱਖੀ ਦਾ ਪੰਘੂੜਾ ਕਿਹੜੇ ਖੇਤਰ ਨੂੰ ਕਿਹਾ ਜਾਂਦਾ ਹੈ ਹਾਂਜੀ ਸਿੱਖੀ ਦਾ ਪੰਘੂੜਾ ਮਾਜਾ ਖੇਤਰ ਨੂੰ ਕਿਹਾ ਜਾਂਦਾ ਹੈ অপਸ਼ਨ ਨੰਬਰ B ਇਸ ਦਾ রাইਟ ਆਂਸਰ ਨੈਕਸਟ ਪੰਜਾਬ ਵਿੱਚ ਕਿੰਨੇ ਤਖਤ ਮੌਜੂਦ ਹਨ রাইਟ ਆਂਸਰ ਹੈ ਜੀ অপਸ਼ਨ ਨੰਬਰ C ਤਿੰਨ ਪੰਜਾਬ ਦੇ ਵਿੱਚ ਤਿੰਨ ਤਖਤ ਮੌਜੂਦ ਹਨ ਕਿਹੜੇ-ਕਿਹੜੇ ਆ ਤਖਤ ਸ੍ਰੀ ਅਕਾਲ ਤਖਤ ਸਾਹਿਬ ਤਖਤ ਸ੍ਰੀ ਕੇਸਗੜ੍ਹ ਸਾਹਿਬ ਤਖਤ ਸ੍ਰੀ ਦਮਦਮਾ ਸਾਹਿਬ ਹਾਂਜੀ ਜਿਹੜਾ ਤਖਤ ਸ੍ਰੀ ਅਕਾਲ ਤਖਤ ਸਾਹਿਬਾ ਇਹ ਸਿੱਖਾਂ ਦਾ ਸਭ ਤੋਂ ਪੁਰਾਣਾ ਤਖਤ ਸ੍ਰੀ ਗੁਰੂ ਹਰਗੋਬਿੰਦ ਜੀ ਨੇ 1609 ਈਸਵੀ ਦੇ ਵਿੱਚ ਬਣਵਾਇਆ ਸੀਗਾ ਤੇ ਇਸ ਦਾ ਮਤਲਬ ਕੀ ਆ ਤਖਤ ਸ੍ਰੀ ਅਕਾਲ ਤਖਤ ਸਾਹਿਬ ਦਾ ਭਾਵ ਆ ਰੱਬ ਦਾ ਤਖਤ ਹਾਂਜੀ ਇਸ ਤੋਂ ਇਲਾਵਾ ਦੋ ਤਖਤ ਪੰਜਾਬ ਤੋਂ ਬਾਹਰ ਸਥਿਤ ਨੇ ਨਾਮ ਉਹਨਾਂ ਦੇ ਵੀ ਮੈਂ ਤੁਹਾਨੂੰ ਦੱਸ ਦਿੰਨੀ ਆ ਪੰਜ ਤਖਤ ਆ ਸਾਡੇ ਟੋਟਲ ਤਖਤ ਸ੍ਰੀ ਅਕਾਲ ਤਖਤ ਸਾਹਿਬ ਤਖਤ ਸ੍ਰੀ ਕੇਸਗੜ੍ਹ ਸਾਹਿਬ ਤਖਤ ਸ੍ਰੀ ਦਮਦਮਾ ਸਾਹਿਬ ਇਹ ਤਿੰਨ ਤਖਤ ਪੰਜਾਬ ਦੇ ਵਿੱਚ ਸਥਿਤ ਹਨ ਅਤੇ ਦੋ ਤਖਤ ਪੰਜਾਬ ਤੋਂ ਬਾਹਰ ਤਖਤ ਸ੍ਰੀ ਹਯੂਰ ਸਾਹਿਬ ਤਖਤ ਸ੍ਰੀ ਪਟਨਾ ਸਾਹਿਬ ਸਥਿਤ ਨੇ ਠੀਕ ਹੈ ਜੀ ਨੈਕਸਟ ਕੁਐਸਚਨ ਹੈ ਜੀ ਗਰੀਨ ਬੱਸਾਂ ਪੰਜਾਬ ਵਿੱਚ ਕਿੱਥੇ ਹੁੰਦੀਆਂ ਹਨ ਹਾਂਜੀ ਗਰੀਨ ਬੱਸਾਂ ਪੰਜਾਬ ਦੇ ਵਿੱਚ ਕਿੱਥੇ ਚੱਲਦੀਆਂ ਨੇ ਰਾਈਟ ਆਨਸਰ ਹੈ ਜੀ অপਸ਼ਨ ਨੰਬਰ ਡੀ ਚੰਡੀਗੜ੍ਹ ਚੰਡੀਗੜ੍ਹ ਦੇ ਵਿੱਚ ਚੱਲਦੀਆਂ ਨੇ ਗਰੀਨ ਬੱਸਾਂ ਨੈਕਸਟ ਕੁਐਸਚਨ ਪੰਜਾਬ ਮੰਡੀ ਬੋਰਡ ਦਾ ਮੁੱਖ ਦਫ਼ਤਰ ਕਿੱਥੇ ਹੈ ਹਾਂਜੀ ਪੰਜਾਬ ਮੰਡੀ ਬੋਰਡ ਦਾ ਮੁੱਖ ਦਫ਼ਤਰ ਚੰਡੀਗੜ੍ਹ ਹੈ অপশন নাম্বার ডি ইজ আ রাইট आंसर ਪੰਜਾਬ ਮੰਡੀ ਬੋਰਡ ਦਾ ਮੁੱਖ ਦਫਤਰ ਚੰਡੀਗੜਾ ਨੈਕਸਟ ਕੁਐਸ਼ਨ ফ্লাইং ਸਿੱਖ ਦਾ ਜਨਮ ਕਿੱਥੇ ਹੋਇਆ ਸੀ ਹਾਂਜੀ ফ্লাইং ਸਿੱਖ ਇੱਕ ਤੇਜ਼ ਦੌੜਾਕ ਮਿਲਖਾ ਸਿੰਘ ਦਾ ਨਾਮ ਆ ਉਹਨਾਂ ਦਾ ਜਨਮ ਹੋਇਆ ਸੀ ਲਾਇਲਪੁਰ ਦੇ ਵਿੱਚ অপশন ਨੰਬਰ ਏ ਇਜ਼ ਆ রাইਟ ਆਨਸਰ ਨੈਕਸਟ ਕੁਐਸ਼ਨ ਪੰਜਾਬ ਦੀ ਰਾਜਧਾਨੀ ਕਿਹੜੀ ਹੈ ਹਾਂਜੀ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਹੈ অপশন নাম্বার B ਇਸ ਆ ਰਾਈਟ आंसर नेक्स्ट ਕੁਐਸਚਨ ਹੈ ਜੀ ਗਾਂਧੀ ਜੀ ਨੂੰ ਕਿਸ ਸਾਲ ਪਹਿਲੀ ਵਾਰ સત્યાਗ੍ਰਹਿ ਦੇ ਦੌਰਾਨ ਗ੍ਰਿਫਤਾਰ ਕੀਤਾ ਗਿਆ ਸੀ ਹਾਂਜੀ ਗਾਂਧੀ ਜੀ ਨੂੰ ਕਿਹੜੇ ਸਾਲ 50 ਸੌਰੀ ਕਿਹੜੇ ਸਾਲ ਪਹਿਲੀ ਵਾਰ સત્યાਗ੍ਰਹਿ ਦੇ ਦੌਰਾਨ ਗ੍ਰਿਫਤਾਰ ਕੀਤਾ ਗਿਆ ਸੀ ਇਸ ਕੁਐਸਚਨ ਦਾ ਆਨਸਰ ਤੁਸੀਂ ਸਾਰਿਆਂ ਨੇ ਕਮੈਂਟ ਬਾਕਸ ਦੇ ਵਿੱਚ ਦੇਣਾ ਹੋਵੇਗਾ ਜੇਕਰ ਨਾ ਸਮਝ ਲੱਗੇ ਤਾਂ ਅਸੀਂ ਅਗਲੀ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਠੀਕ ਹੈ ਜੀ ਕਿਉਂਕਿ ਇੰਪੋਰਟੈਂਟ ਆਈ ਕੁਐਸ਼ਨ ਨੈਕਸਟ ਕੁਐਸ਼ਨ ਪੰਜਾਬ ਦੀ ਕੋਇਲ ਕਿਸ ਨੂੰ ਕਿਹਾ ਜਾਂਦਾ ਹੈ ਹਾਂਜੀ ਪੰਜਾਬ ਦੀ ਕੋਇਲ ਕਿਹਾ ਜਾਂਦਾ ਹੈ ਸੁਰਿੰਦਰ ਕੌਰ ਨੂੰ ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਂਸਰ ਕਿਉਂ ਕਿਹਾ ਜਾਂਦਾ ਵਾ ਦੇਖੋ ਸੁਰਿੰਦਰ ਕੌਰ ਇੱਕ ਪੰਜਾਬੀ ਗੀਤਕਾਰ ਸੀ 1984 ਦੇ ਵਿੱਚ ਇਹਨਾਂ ਨੂੰ ਸੰਗੀਤ ਨਾਟਕ ਅਕਾਦਮੀ ਪੁਰਸਕਾਰ ਦਿੱਤਾ ਗਿਆ ਸੀ ਠੀਕ ਹੈ ਤੇ 2006 ਦੇ ਵਿੱਚ ਪਦਮ ਸ੍ਰੀ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਸੀ ਤੇ ਉਸ ਤੋਂ ਬਾਅਦ 14 ਜੂਨ 2006 ਦੇ ਵਿੱਚ ਇਹਨਾਂ ਦਾ ਦਿਹਾਂਤ ਹੋ ਗਿਆ ਦਿਹਾਂਤ ਤੋਂ ਬਾਅਦ ਸਾਫਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਪੰਜਾਬ ਦੀ ਕੋਇਲ ਦਾ ਖਿਤਾਬ ਦਿੱਤਾ ਸੀ ਇਹਨਾਂ ਨੂੰ ਨੈਕਸਟ ਕੁਐਸਚਨ ਹੈ ਜੀ ਕੋਕਾ ਅੰਦੋਲਨ ਦੀ ਜਾਂ ਨਾਮਤਾਰੀ ਅੰਦੋਲਨ ਦੀ ਸਥਾਪਨਾ ਕਿਸ ਨੇ ਕੀਤੀ ਸੀ ਹਾਂਜੀ ਕੂਕਾ ਅੰਦੋਲਨ ਜਾਂ ਨਾਮਤਾਰੀ ਅੰਦੋਲਨ ਦੀ ਸਥਾਪਨਾ ਕੀਤੀ ਸੀ ਬਾਬਾ ਬਾਲਕ ਨੇ অপਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਬਾਬਾ ਵਾਲਕ ਤੇ ਇਸ ਦੇ ਵਾਸਤਵਿਕ ਸੰਸਥਾਪਕ ਕੌਣ ਨੇ ਹਾਂਜੀ ਇਸ ਦੇ ਵਾਸਤਵਿਕ ਸੰਸਥਾਪਕ ਹਨ ਬਾਬਾ ਰਾਮ ਸਿੰਘ ਨੈਕਸਟ ਕੁਐਸਚਨ ਹੈ ਜੀ ਇਨ੍ਹਾਂ ਵਿੱਚੋਂ ਕਿਹੜਾ ਪੈਪਸੂ ਸਟੇਟ ਦਾ ਹਿੱਸਾ ਨਹੀਂ ਹੈ ਹਾਂਜੀ ਪੈਪਸੂ ਸਟੇਟ ਦਾ ਇਨ੍ਹਾਂ ਦੇ ਵਿੱਚੋਂ ਕਿਹੜਾ ਵਾ ਜਿਹੜਾ ਹਿੱਸਾ ਨਹੀਂ ਗਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ ਏ ਜਲੰਧਰ ਜਲੰਧਰ ਪੈਪਸੂ ਸਟੇਟ ਦਾ ਹਿੱਸਾ ਨਹੀਂਗਾ ਦੇਖੋ 1956 ਦੇ ਵਿੱਚ ਪੰਜਾਬ ਵਿੱਚ ਪੈਪਸੂ ਨੂੰ ਸ਼ਾਮਿਲ ਕੀਤਾ ਗਿਆ ਸੀ 1956 ਦੇ ਵਿੱਚ ਠੀਕ ਹੈ ਪੰਜਾਬ ਦੇ ਵਿੱਚ ਪੈਪਸੂ ਨੂੰ ਸ਼ਾਮਿਲ ਕੀਤਾ ਗਿਆ ਸੀ ਪੈਪਸੂ ਸਟੇਟ ਵਿੱਚ ਟੋਟਲ 8 ਰਿਆਸਤਾਂ ਸਨ ਕਿਹੜੀਆਂ-ਕਿਹੜੀਆਂ ਸੀਗੀਆਂ ਹਾਂਜੀ ਨਾਲਾਗੜ ਕਲਸੀਆ ਬਲੇਰਕੋਟਲਾ ਪਟਿਆਲਾ ਪਟਿਆਲਾ ਪੈਪਸੂ ਦੀ ਰਾਜਧਾਨੀ ਸੀ ਠੀਕ ਹੈ ਨਾਬਾ ਕਪੂਰਥਲਾ ਜੀਂਦ ਫਰੀਦਕੋਟ ਇਹ ਅੱਠ ਰਿਆਸਤਾਂ ਸਨ ਪੈਪਸੂ ਦੀਆਂ ਨੈਕਸਟ ਕੁਐਸਚਨ ਪੰਜਾਬ ਵਿੱਚ ਟਰੈਕਟਰ ਬਣਾਉਣ ਦੀ ਏਜੰਸੀ ਕਿੱਥੇ ਹੈ ਹਾਂਜੀ ਪੰਜਾਬ ਦੇ ਵਿੱਚ ਟਰੈਕਟਰ ਬਣਾਉਣ ਦੀ ਏਜੰਸੀ ਮੋਹਾਲੀਆ ਆਪਸ਼ਨ ਨੰਬਰ B ਇਜ਼ ਦਾ ਰਾਈਟ ਆਨਸਰ ਮੋਹਾਲੀ ਮਹਾਲੀ ਨੂੰ ਪੰਜਾਬ ਦੀ ਇਲੈਕਟ੍ਰੋਨਿਕ ਸਿਟੀ ਵੀ ਕਿਹਾ ਜਾਂਦਾ ਹੈ ਠੀਕ ਹੈ ਹਾਂਜੀ ਇਸ ਤੋਂ ਇਲਾਵਾ ਜੇਕਰ ਤੁਹਾਨੂੰ ਕੁਐਸਚਨ ਆ ਜੇ ਕਿ ਪੰਜਾਬ ਵਿੱਚ ਖੇਡਾਂ ਦਾ ਸਮਾਨ ਸਭ ਤੋਂ ਵੱਧ ਕਿੱਥੇ ਮਿਲਦਾ ਹੈ ਤਾਂ ਪੰਜਾਬ ਦੇ ਵਿੱਚ ਖੇਡਾਂ ਦਾ ਸਮਾਨ ਜਲੰਧਰ ਦੇ ਵਿੱਚ ਮਿਲਦਾ ਹੈ ਤੇ ਇਸ ਤੋਂ ਇਲਾਵਾ ਜੇਕਰ ਤੁਹਾਨੂੰ ਇਸ ਤਰ੍ਹਾਂ ਕੁਐਸਚਨ ਆ ਜਾਂਦਾ ਹੈ ਕਿ ਪੰਜਾਬ ਵਿੱਚ ਸਭ ਤੋਂ ਵੱਧ ਸਮਾਨ ਹੋਜਰੀ ਦਾ ਕਿੱਥੇ ਮਿਲਦਾ ਹੈ ਤਾਂ ਲੁਧਿਆਣੇ ਦੇ ਵਿੱਚ ਪੰਜਾਬ ਲੁਧਿਆਣੇ ਦੇ ਵਿੱਚ ਸਭ ਤੋਂ ਵੱਧ ਸਮਾਨ ਹੋਜਰੀ ਦਾ ਮਿਲਦਾ ਨੈਕਸਟ ਕੁਐਸਚਨ ਰੇਲ ਕੋਚ ਫੈਕਟਰੀ ਕਿੱਥੇ ਹੈ ਹਾਂਜੀ ਰੇਲ ਕੋਚ ਫੈਕਟਰੀ ਕਿੱਥੇ ਸਥਿਤ ਹੈ ਰਾਈਟ ਆਨਸਰ ਹੈ ਜੀ অপਸ਼ਨ ਨੰਬਰ ਡੀ ਕਪੂਰਥਲਾ ਰੇਲ ਕੋਚ ਫੈਕਟਰੀ ਕਪੂਰਥਲਾ ਵਿਖੇ ਆ ਨੈਕਸਟ ਕੁਐਸ਼ਨ ਪੰਜਾਬ ਦਾ ਸਭ ਤੋਂ ਵੱਡਾ ਰੇਲਵੇ ਜਕਸ਼ਨ ਕਿਹੜਾ ਹੈ ਹਾਂਜੀ ਪੰਜਾਬ ਦਾ ਸਭ ਤੋਂ ਵੱਡਾ ਰੇਲਵੇ ਜਕਸ਼ਨ ਬਠਿੰਡਾ ਹੈ অপਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸ਼ਨ ਹੀਰੋ ਸਾਈਕਲ ਬਣਾਉਣ ਦੀ ਏਜੰਸੀ ਕਿੱਥੇ ਸਥਿਤ ਹੈ ਹਾਂਜੀ ਹੀਰੋ ਸਾਈਕਲ ਬਣਾਉਣ ਦੀ ਜਿਹੜੀ ਏਜੰਸੀ ਆ ਇਹ ਲੁਧਿਆਣਾ ਦੇ ਵਿੱਚ ਸਥਿਤ ਆ ਆਪਸ਼ਨ ਨੰਬਰ ਸੀ ਇਸ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਪੰਜਾਬ ਦੇ ਕਿਹੜੇ ਗਵਰਨਰ ਦਾ ਕਾਰਜਕਾਲ ਸਭ ਤੋਂ ਘੱਟ ਮੰਨਿਆ ਜਾਂਦਾ ਹੈ ਹਾਂਜੀ ਪੰਜਾਬ ਦੇ ਹੁਸੈਨ ਸੀਮਾ ਗਵਰਨਰ ਦਾ ਕਾਰਜਕਾਲ ਸਭ ਤੋਂ ਘੱਟ ਮੰਨਿਆ ਜਾਂਦਾ ਹੈ ਆਪਸ਼ਨ ਨੰਬਰ ਸੀ ਇਸ ਦਾ ਰਾਈਟ ਆਨਸਰ ਤੇਸ ਤੋਂ ਇਲਾਵਾ ਹੁਣ ਪੰਜਾਬ ਦੇ ਗਵਰਨਰ ਕੌਣ ਨੇ ਇਸ ਦਾ ਵੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸਣਾ ਹੋਵੇਗਾ ਠੀਕ ਹੈ ਇਸ ਦਾ ਆਨਸਰ ਕੀ ਹੁਣ ਪੰਜਾਬ ਦੇ ਗਵਰਨਰ ਕੌਣ ਨੇ ਨੈਕਸਟ ਕੁਐਸਚਨ ਹੇਠਾਂ ਲਿਖੀਆਂ ਵਿੱਚੋਂ ਪੰਜਾਬ ਕਿਹੜਾ ਰਾਜ ਨਾਲ ਹੱਥ ਰੱਖਦਾ ਹੈ ਹਾਂਜੀ ਇਹਨਾਂ ਦੇ ਵਿੱਚੋਂ ਜਿਹੜੇ ਹੇਠਾਂ ਲਿਖੀਆਂ ਆਪਸ਼ਨਾਂ ਨੇ ਪੰਜਾਬ ਕਿਹੜੇ-ਕਿਹੜੇ ਰਾਜ ਨਾਲ ਹੱਥ ਰੱਖਦਾ ਵਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ ਡੀ ਉਪਰੋਕਤ ਸਾਰੇ ਦੇਖੋ ਇੱਥੇ ਤੁਸੀਂ ਇੱਕ ਗੱਲ ਨੂੰ ਧਿਆਨ 'ਚ ਰੱਖਣਾ ਕਿ ਜੰਮੂ ਅਤੇ ਕਸ਼ਮੀਰ ਹੁਣ ਇੱਕ ਰਾਜ ਨਹੀਂਗਾ ਮੈਂ ਤਾਂ ਆਪਸ਼ਨ ਇਸ ਤਰ੍ਹਾਂ ਐਡ ਕੀਤੀਆਂ ਨਾ ਜੰਮੂ ਅਤੇ ਕਸ਼ਮੀਰ ਇੱਕ ਰਾਜ ਨਹੀਂਗਾ ਉੱਥੇ ਤੁਹਾਨੂੰ ਕੀ ਆਵੇਗਾ Rajasthan ਅਤੇ Haryana Rajasthan ਅਤੇ Haryana ਇਹ ਇੱਕ ਰਾਜਾ ਜੰਮੂ ਅਤੇ ਕਸ਼ਮੀਰ ਇੱਕ ਰਾਜ ਨਹੀਂਗਾ ਇਹ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਆ ਜੇਕਰ ਤੁਹਾਨੂੰ ਕੁਐਸਚਨ ਇਸ ਤਰ੍ਹਾਂ ਹੁੰਦਾ ਕਿ ਹੇਠ ਲਿਖਿਆਂ ਦੇ ਵਿੱਚੋਂ ਪੰਜਾਬ ਕਿਹੜੇ ਕੇਂਦਰ ਸ਼ਾਸਿਤ ਪ੍ਰਦੇਸ਼ ਨਾਲ ਹੱਥ ਰੱਖਦਾ ਏ ਫਿਰ ਤੁਹਾਡਾ ਆਨਸਰ ਆਉਣਾ ਸੀ ਜੰਮੂ ਕਸ਼ਮੀਰ ਉਨ ਇਥੇ ਰਾਜ ਦੀ ਗੱਲ ਹੋਈ ਆ ਤਾਂ ਇਥੇ ਤੁਹਾਡਾ ਆਨਸਰ ਰਾਈਟ ਆ ਏ ਅਤੇ ਬੀ ਦੋਵੇਂ ਮੈਂ ਉਹ ਆਪਸ਼ਨ ਨਹੀਂ ਐਡ ਕੀਤੀ ਤੁਹਾਨੂੰ ਇਹ ਹੀ ਦੱਸਣ ਦੇ ਲਈ ਕਿ ਮੈਨੂੰ ਯਾਦ ਰਿਹਾ ਜੀ ਇਥੇ ਮੈਂ ਤੁਹਾਨੂੰ ਕੁਝ ਪੁਆਇੰਟ ਦੱਸਣਾਵਾ ਜੰਮੂ ਅਤੇ ਕਸ਼ਮੀਰ ਵਾਲਾ ਠੀਕ ਹੈ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਹਾਂਜੀ ਨੈਕਸਟ ਕੁਐਸਚਨ ਕਰਦੇ ਹਾਂ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪਹਿਲੀ ਮਹਿਲਾ ਕੌਣ ਸੀ ਹਾਂਜੀ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪਹਿਲੀ ਮਹਿਲਾ ਬੀਬੀ ਯਾਗੀਰ ਕੌਰ ਸੀ অপਸ਼ਨ ਨੰਬਰ ਡੀ ਇਸ ਆ ਰਾਈਟ ਆਨਸਰ ਬੀਬੀ ਯਾਗੀਰ ਕੌਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਐਕਟ 1925 ਦੇ ਵਿੱਚ ਬਣਿਆ ਸੀ ਇਹ ਵੀ ਤੁਸੀਂ ਯਾਦ ਰੱਖਣਾ ਨੈਕਸਟ ਕੁਐਸਚਨ ਮਾਝੇ ਦੇ ਇਲਾਕੇ ਵਿੱਚ ਹੇਠ ਲਿਖਿਆਂ ਵਿੱਚੋਂ ਕਿਹੜਾ ਜ਼ਿਲ੍ਹਾ ਆਉਂਦਾ ਹੈ हां जी ਮਾਝੇ ਦੇ ਇਲਾਕਿਆਂ ਦੇ ਵਿੱਚ ਇਹਨਾਂ ਦੇ ਵਿੱਚੋਂ ਗੁਰਦਾਸਪੁਰ ਜ਼ਿਲ੍ਹਾ ਹੁੰਦਾ ਹੈ অপਸ਼ਨ ਨੰਬਰ A ਇਸ ਦਾ ਰਾਈਟ ਆਨਸਰ ਗੁਰਦਾਸਪੁਰ ਇਸ ਤੋਂ ਇਲਾਵਾ ਪਠਾਨਕੋਟ ਅੰਮ੍ਰਿਤਸਰ ਤਰਨਤਾਰਨ ਇਹ ਚਾਰ ਜ਼ਿਲ੍ਹੇ ਆਉਂਦੇ ਆ ਮਾਝੇ ਦੇ ਵਿੱਚ ਤੇ ਚਾਰ ਜ਼ਿਲ੍ਹੇ ਹੀ ਆਉਂਦੇ ਆ ਦੁਆਬੇ ਦੇ ਵਿੱਚ ਠੀਕ ਹੈ ਦੁਆਬੇ ਦੇ ਵਿੱਚ ਵੀ ਚਾਰ ਦੇ ਚਾਰ ਜ਼ਿਲ੍ਹੇ ਆਉਂਦੇ ਆ ਉਹ ਕਿਹੜੇ-ਕਿਹੜੇ ਆ ਕਪੂਰਥਲਾ ਜਲੰਧਰ ਅੰਮ੍ਰਿਤਸਰ ਅਤੇ ਨਮਾ ਸ਼ਹਿਰ ਤੇ ਬਾਕੀ ਦੇ ਜਿਹੜੇ ਬਚੇ 14 ਜ਼ਿਲ੍ਹੇ ਆ ਉਹ ਮਾਲਵੇ ਦੇ ਵਿੱਚ ਆਉਂਦੇ ਆ ਹਾਂਜੀ ਬਾਕੀ ਦੇ ਜਿੰਨੇ ਵੀ ਜ਼ਿਲ੍ਹੇ ਬਚੇ ਆ ਉਹ ਮਾਲਵੇ ਦੇ ਵਿੱਚ ਹੀ ਆਉਂਦੇ ਆ ਇਸ ਤੋਂ ਇਲਾਵਾ ਹੁਣ ਪੰਜਾਬ ਦਾ ਜਿਹੜਾ ਨਵਾਂ 23ਵਾਂ ਜ਼ਿਲ੍ਹਾ ਬਣਿਆਵਾ ਉਹ ਵੀ ਪੰਜਾਬ ਦੇ ਵਿੱਚ ਆਉਂਦਾ ਤੇ ਕਿਹੜਾ ਜ਼ਿਲ੍ਹਾ ਬਣਿਆਵਾ ਇਹ ਵੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸਣਾ 14 ਮਈ 2021 ਨੂੰ ਪੰਜਾਬ ਦਾ 23ਵਾਂ ਜ਼ਿਲ੍ਹਾ ਬਣਿਆ ਤੇ ਕਿਹੜਾ ਬਣਿਆ ਇਹ ਤੁਸੀਂ ਦੱਸਣਾ ਕਮੈਂਟ ਬਾਕਸ ਦੇ ਵਿੱਚ ਨੈਕਸਟ ਕੁਐਸਚਨ ਹੈ ਜੀ ਥਾਪਰ ਯੂਨੀਵਰਸਿਟੀ ਪੰਜਾਬ ਦੇ ਕਿਹੜੇ ਜ਼ਿਲ੍ਹੇ ਵਿੱਚ ਪੈਂਦੀ ਹੈ ਹਾਂਜੀ ਥਾਪਰ ਯੂਨੀਵਰਸਿਟੀ ਪੰਜਾਬ ਦੇ ਪਟਿਆਲੇ ਜ਼ਿਲ੍ਹੇ ਦੇ ਵਿੱਚ ਪੈਂਦੀ ਹੈ অপਸ਼ਨ ਨੰਬਰ ਸੀ ਇਸ ਦਾ ਰਾਈਟ ਆਨਸਰ ਵੈਰੀ ਇੰਪੋਰਟੈਂਟ ਪਟਵਾਰੀ ਦੇ ਪੇਪਰ ਦੇ ਵਿੱਚ ਆਇਆ ਸੀ ਨੈਕਸਟ ਕੁਐਸਚਨ ਹੈ ਜੀ ਸਤਲੋਜ ਦੇ ਪੂਰਬ ਵਾਲੇ ਖੇਤਰ ਨੂੰ ਕੀ ਨਾਮ ਦਿੱਤਾ ਜਾਂਦਾ ਹੈ ਹਾਂਜੀ ਸਤਲੋਜ ਦੇ ਪੂਰਬ ਵਾਲੇ ਖੇਤਰ ਨੂੰ ਮਾਲਵਾ ਦਾ ਨਾਮ ਦਿੱਤਾ ਜਾਂਦਾ ਹੈ অপਸ਼ਨ ਨੰਬਰ ਏ ਇਸ ਦਾ ਰਾਈਟ ਆਨਸਰ ਨੈਕਸਟ ਕੁਐਸ਼ਨ ਪੰਜਾਬ ਦੀ ਸਭ ਤੋਂ ਛੋਟੀ ਡਿਵੀਜ਼ਨ ਕਿਹੜੀ ਹੈ ਹਾਂਜੀ ਪੰਜਾਬ ਦੀ ਸਭ ਤੋਂ ਛੋਟੀ ਡਿਵੀਜ਼ਨ ਆ ਜਿਹੜੀ ਉਹ ਹੈਗੀ ਆ ਰੋਪੜ ਪੰਜਾਬ ਦੀਆਂ ਪੰਜ ਡਿਵੀਜ਼ਨਾਂ ਵਾਂ ਛੋਟੀ ਕਿਹੜੀ ਆ ਰੋਪੜ ਆਹੋ ਠੀਕ ਹੈ ਤੇ ਰੋਪੜ ਦੇ ਵਿੱਚ ਕਿਹੜੇ-ਕਿਹੜੇ ਜ਼ਿਲ੍ਹੇ ਆਉਂਦੇ ਆ ਰੋਪੜ ਮੁਹਾਲੀ ਨਮਾਸਹਿਰ ਇਹ ਤਿੰਨ ਜ਼ਿਲ੍ਹੇ ਆਉਂਦੇ ਆ ਤੇ ਸਭ ਤੋਂ ਵੱਡੀ ਡਿਵੀਜ਼ਨ ਕਿਹੜੀ ਆ ਵੱਡੀ ਡਿਵੀਜ਼ਨ ਹੈਗੀ ਆ ਜਲੰਧਰ ਤੇ ਜਲੰਧਰ ਦੇ ਵਿੱਚ ਸੱਤ ਜ਼ਿਲ੍ਹੇ ਆਉਂਦੇ ਆ ਨੈਕਸਟ ਕੁਐਸ਼ਨ ਆ ਜੀ ਵਰਤਮਾਨ ਸਮੇਂ ਪੰਜਾਬ ਦੀ ਕੁੱਲ ਜ਼ਿਲ੍ਹਿਆਂ ਦੀ ਗਿਣਤੀ ਕਿੰਨੀ ਹੈ ਹਾਂਜੀ ਵਰਤਮਾਨ ਸਮੇਂ ਦੇ ਵਿੱਚ ਪੰਜਾਬ ਦੇ ਕੁੱਲ ਜ਼ਿਲ੍ਹੇ 23 ਹਨ ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਜੇਕਰ ਤੁਹਾਨੂੰ ਕੁਐਸਚਨ ਇਸ ਤਰ੍ਹਾਂ ਆ ਜਾਂਦਾ ਕਿ ਪੁਰਾਣੇ ਪੰਜਾਬ ਪੁਰਾਣਾ ਬੋਲ ਰਹੀਆਂ ਮੈਂ ਨਾਲ ਪੁਰਾਣੇ ਪੰਜਾਬ ਦੇ ਵਿੱਚ ਕਿੰਨੇ ਜ਼ਿਲ੍ਹੇ ਸਨ ਤਾਂ ਪੁਰਾਣੇ ਪੰਜਾਬ ਦੇ ਵਿੱਚ ਟੋਟਲ 29 ਜ਼ਿਲ੍ਹੇ ਸਨ 29 ਠੀਕ ਹੈ ਜੇਕਰ ਤੁਹਾਨੂੰ ਕੁਐਸਚਨ ਇਸ ਤਰ੍ਹਾਂ ਆ ਜਾਂਦਾ ਕਿ 2019 ਵਿੱਚ ਕਿੰਨੇ ਜ਼ਿਲ੍ਹੇ ਸਨ ਤਾਂ 2019 ਦੇ ਵਿੱਚ ਵਾਈ ਜ਼ਿਲ੍ਹੇ ਸੀ 14 ਮਈ 2021 ਨੂੰ 13ਵਾਂ ਜ਼ਿਲ੍ਹਾ ਸੌਰੀ 23ਵਾਂ ਜ਼ਿਲ੍ਹਾ ਬਣਿਆ ਸੀ ਪੰਜਾਬ ਦਾ ਮਲੇਰਕੋਟਲਾ ਮਲੇਰਕੋਟਲਾ ਠੀਕ ਹੈ ਤੇ ਇਸ ਗਰੂਰ ਜ਼ਿਲ੍ਹੇ ਤੋਂ ਵੱਖ ਹੋ ਕੇ ਬਣਾਇਆ ਗਿਆ ਸੀ ਨੈਕਸਟ ਕੁਐਸਚਨ ਹੈ ਜੀ ਸੰਗਰੂਰ ਜ਼ਿਲ੍ਹੇ ਚੋਂ ਆਉਂਦਾ ਸੀਗਾ ਪਹਿਲਾਂ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਆਦਿ ਗ੍ਰੰਥ ਦੇ ਗੱਲ ਕਿੰਨੇ ਸ਼ਬਦ ਸ਼ਾਮਿਲ ਹਨ ਹਾਂਜੀ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਜਿਹੜੇ ਆਦਿ ਗ੍ਰੰਥ ਦੇ ਵਿੱਚ ਟੋਟਲ ਕਿੰਨੇ ਸ਼ਬਦਾਂ ਸ਼ਾਮਿਲ ਹਨ ਤਾਂ ਰਾਈਟ ਆਨਸਰ ਹੈ ਜੀ অপਸ਼ਨ ਨੰਬਰ ਸੀ 62 62 ਸ਼ਬਦਾਂ ਜਿਹੜੇ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਆਦਿ ਗ੍ਰੰਥ ਦੇ ਵਿੱਚ ਦਰਜ ਹਨ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕਿੰਨੇ ਆ ਸ੍ਰੀ ਗੁਰੂ ਨਾਨਕ ਦੇਵ ਜੀ ਦੇ 974 ਹਾਂਜੀ 974 ਸ਼ਬਦ ਸ਼ਾਮਿਲ ਹਨ ਨੈਕਸਟ ਕੁਐਸਚਨ ਹੈ ਜੀ ਆਦਿ ਗ੍ਰੰਥ ਸਾਹਿਬ ਵਿੱਚੋਂ ਕੌਲ ਸ਼ਬਦਾਂ ਦੀ ਗਿਣਤੀ ਕਿੰਨੀ ਹੈ ਹਾਂਜੀ ਆਦਿ ਗ੍ਰੰਥ ਸਾਹਿਬ ਦੇ ਵਿੱਚ ਕੌਲ ਸ਼ਬਦਾਂ ਦੀ ਗਿਣਤੀ ਹੈ ਜਿਹੜੀ ਉਹ 5894 ਆ অপਸ਼ਨ ਨੰਬਰ ਏ ਇਸ ਆ ਰਾਈਟ ਆਨਸਰ ਆਦਿ ਗ੍ਰੰਥ ਸਾਹਿਬ ਵਿੱਚ 6 ਗੁਰੂਆਂ ਅਤੇ 11 ਪਟਾਂ ਦੀ ਬਾਣੀ ਦਰਜਾ ਇਹ ਵੀ ਤੁਸੀਂ ਯਾਦ ਰੱਖਣਾ ਨੈਕਸਟ ਕੁਐਸਚਨ ਹੈ ਜੀ ਕੀਰਤਪੁਰ ਸਾਹਿਬ ਦੀ ਸਥਾਪਨਾ ਕਿਹੜੇ ਗੁਰੂ ਨੇ ਕੀਤੀ ਸੀ ਕਿਰਤਪੁਰ ਸਾਹਿਬ ਦੀ ਸਥਾਪਨਾ ਕੀਤੀ ਸੀ ਜੀ ਸ੍ਰੀ ਗੁਰੂ ਹਰगोबिंद ਜੀ ਨੇ অপਸ਼ਨ ਨੰਬਰ A ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸ਼ਨ ਆਨੰਦਪੁਰ ਸਾਹਿਬ ਸਹਿਰ ਦੀ ਸਥਾਪਨਾ ਕਿਹੜੇ ਗੁਰੂ ਨੇ ਕੀਤੀ ਸੀ ਹਾਂਜੀ ਆਨੰਦਪੁਰ ਸਹਿਰ ਦੀ ਸਥਾਪਨਾ ਕੀਤੀ ਸੀ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ অপਸ਼ਨ ਨੰਬਰ B ਇਜ਼ ਦਾ ਰਾਈਟ ਆਨਸਰ ਅਨੰਤਪੁਰ ਸਾਹਿਬ ਸਹਿਰ ਦੀ ਸਥਾਪਨਾ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਕੀਤੀ ਸੀ ਨੈਕਸਟ ਕੁਐਸ਼ਨ ਹੈ ਜੀ ਮੁਕਤਸਰ ਖਿਦਰਾਣੇ ਦੀ ਢਾਬ ਸਹਿਰ ਦੀ ਸਥਾਪਨਾ ਕਿਹੜੇ ਗੁਰੂ ਨੇ ਕੀਤੀ ਸੀ ਹਾਂਜੀ ਮੁਕਤਸਰ ਦਾ ਪੁਰਾਣਾ ਨਾਮ ਆ ਖਿਦਰਾਣੇ ਦੀ ਢਾਬ ਇਹ ਸਹਿਰ ਦੀ ਸਥਾਪਨਾ ਕਿਹੜੇ ਗੁਰੂ ਨੇ ਕੀਤੀ ਸੀ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ ਸੀ ਨੈਕਸਟ ਕੁਐਸ਼ਨ ਹੈ ਜੀ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸ ਯੂਨੀਵਰਸਿਟੀ ਕਦੋਂ ਸਥਾਪਿਤ ਕੀਤੀ ਗਈ ਸੀ? ਸਾਜੀ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸ ਯੂਨੀਵਰਸਿਟੀ 2005 ਦੇ ਵਿੱਚ ਸਥਾਪਿਤ ਕੀਤੀ ਗਈ ਸੀ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ। ਨੈਕਸਟ ਕੁਐਸ਼ਨ ਬਾਗਵਾਨੀ ਵਿਭਾਗ ਦੀ ਸਥਾਪਨਾ ਕਿਹੜੇ ਸਾਲ ਵਿੱਚ ਹੋਈ ਸੀ? ਬਾਗਬਾਨੀ ਵਿਭਾਗ ਦੀ ਜਿਹੜੀ ਸਥਾਪਨਾ ਵਾ ਉਹ 1900 79 ਈਸਵੀ ਦੇ ਵਿੱਚ ਹੋਈ ਸੀ অপਸ਼ਨ ਨੰਬਰ ਬੀ ਇਸ ਦਾ ਰਾਈਟ ਆਨਸਰ ਬਾਗਬਾਨੀ ਦੇ ਵਿੱਚ ਫਲਾਂ ਸਬਜ਼ੀਆਂ ਫੁੱਲਾਂ ਅਤੇ ਖੁੰਮਾਂ ਦੀ ਕਾਸਤ ਬਾਰੇ ਜਾਣਕਾਰੀ ਮਿਲਦੀ ਆ ਨੈਕਸਟ ਕੁਐਸਚਨ ਮੱਛੀ ਪਾਲਣ ਕਦੋਂ ਸਥਾਪਿਤ ਕੀਤੀ ਗਈ ਸੀ ਹਾਂਜੀ ਮੱਛੀ ਪਾਲਣ ਏਜੰਸੀ ਆ ਜਿਹੜੀ ਉਹ ਕਦੋਂ ਸਥਾਪਿਤ ਕੀਤੀ ਗਈ ਸੀ ਰਾਈਟ ਆਨਸਰ ਹੈ ਜੀ অপਸ਼ਨ ਨੰਬਰ ਸੀ 1975 ਈਸਵੀ ਦੇ ਵਿੱਚ ਨੈਕਸਟ ਕੁਐਸ਼ਨ ਭੂਮੀ ਅਤੇ ਪਾਣੀ ਸੰਭਾਲ ਵਿਭਾਗ ਕਦੋਂ ਸਥਾਪਿਤ ਕੀਤਾ ਗਿਆ ਸੀ ਭੂਮੀ ਅਤੇ ਪਾਣੀ ਸੰਭਾਲ ਵਿਭਾਗ 1969 ਈਸਵੀ ਦੇ ਵਿੱਚ ਸਥਾਪਿਤ ਕੀਤਾ ਗਿਆ ਸੀ অপਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸ਼ਨ ਪੰਜਾਬ ਰਾਜ ਬੀਜ ਨਿਗਮ ਲਿਮਟਿਡ ਦੀ ਸਥਾਪਨਾ ਕਦੋਂ ਕੀਤੀ ਗਈ ਸੀ ਪੰਜਾਬ ਰਾਜ ਬੀਜ਼ ਨਿਗਮ ਲਿਮਟਿਡ ਦੀ ਸਥਾਪਨਾ ਹਾਂਜੀ ਲਿਮਟਿਡ ਦੀ ਸਥਾਪਨਾ 1976 ਦੇ ਵਿੱਚ ਕੀਤੀ ਗਈ ਸੀ অপਸ਼ਨ ਨੰਬਰ ਸੀ ਇਸ ਆ ਰਾਈਟ ਆਨਸਰ ਨੈਕਸਟ ਕੁਐਸ਼ਨ ਪੰਜਾਬ ਖੇਤੀ ਉਦਯੋਗ ਨਿਗਮ ਦੀ ਸਥਾਪਨਾ ਕਦੋਂ ਹੋਈ ਸੀ ਪੰਜਾਬ ਖੇਤੀ ਉਦਯੋਗ ਨਿਗਮ ਦੀ ਸਥਾਪਨਾ 1968 ਇਸਵੀ ਦੇ ਵਿੱਚ ਹੋਈ ਸੀ অপਸ਼ਨ ਨੰਬਰ ਬੀ ਇਸ ਆ ਰਾਈਟ ਆਨਸਰ ਤੇ 1966 ਵਿੱਚ ਹੀ ਹਰੀ ਕ੍ਰਾਂਤੀ ਆਈ ਸੀ ਹਰੀ ਕ੍ਰਾਂਤੀ ਦਾ ਪਿਤਾਮਾ ਐਮ ਐਸ ਸੁਆਮੀ ਨਾਥਰ ਨੂੰ ਮੰਨਿਆ ਜਾਂਦਾ ਹੈ ਠੀਕ ਹੈ ਇਹ ਵੀ ਤੁਸੀਂ ਯਾਦ ਰੱਖਣਾ ਨੈਕਸਟ ਕੁਐਸਚਨ ਹੈ ਜੀ ਪੰਜਾਬ ਐਗਰੋ ਫੂਡ ਸੌਰੀ ਪੰਜਾਬ ਐਗਰੋ ਫੂਡ ਗ੍ਰੈਂਡ ਕਾਰਪੋਰੇਸ਼ਨ ਦੀ ਸੰਸਥਾ ਪੰਜਾਬ ਵਿੱਚ ਕਦੋਂ ਹੋਂਦ ਵਿੱਚ ਆਈ ਸੀ ਰਾਈਟ ਆਨਸਰ ਹੈ ਜੀ অপਸ਼ਨ ਨੰਬਰ ਬੀ 2002 ਦੇ ਵਿੱਚ ਨੈਕਸਟ ਕੁਐਸਚਨ ਪੰਜਾਬ ਖਾਦੀ ਅਤੇ ਗ੍ਰਾਮ ਉਦਯੋਗ ਬੋਰਡ ਦੀ ਸਥਾਪਨਾ ਕਿਹੜੇ ਸਾਲ ਵਿੱਚ ਹੋਈ ਸੀ ਪੰਜਾਬ ਖਾਦੀ ਅਤੇ ਗ੍ਰਾਮ ਉਦਯੋਗ ਬੋਰਡ ਦੀ ਸਥਾਪਨਾ 1958 ਦੇ ਵਿੱਚ ਹੋਈ ਸੀ অপਸ਼ਨ ਨੰਬਰ ਸੀ ਇਸ ਦਾ ਰਾਈਟ ਆਨਸਰ ਨੈਕਸਟ ਕੁਐਸ਼ਨ ਪੰਜਾਬ ਸਰਕਾਰ ਨੇ 2005 ਇਸਵੀ ਵਿੱਚ ਕਿਸ ਦੀ ਪ੍ਰਧਾਨਗੀ ਹੇਠ ਪੰਜਾਬ ਰਾਜ ਕਿਸਾਨ ਕਮਿਸ਼ਨ ਦਾ ਸੰਗਠਨ ਕੀਤਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ 8 ਡਾਕਟਰ ਜੀਐਸ ਕਲਕੱਟ ਨੇ ਡਾਕਟਰ ਜੀਐਸ ਕਲਕੱਟ ਦੀ ਪ੍ਰਧਾਨਗੀ ਹੇਠ ਪੰਜਾਬ ਰਾਜ ਵਿੱਚ ਕਿਸਾਨ ਕਮਿਸ਼ਨ ਦਾ ਗਠਨ ਹੋਇਆ ਸੀ 2005 ਦੇ ਵਿੱਚ ਨੈਕਸਟ ਕੁਐਸਚਨ ਵਿਸ਼ਵ ਵਿੱਚ ਸਭ ਤੋਂ ਵੱਡਾ ਖਾਦਾਂ ਦਾ ਸਹਿਕਾਰੀ ਅੰਧਾਰਾ ਕਿਹੜਾ ਹੈ ਹਾਂਜੀ ਵਿਸ਼ਵ ਦੇ ਵਿੱਚ ਸਭ ਤੋਂ ਵੱਡਾ ਖਾਦਾਂ ਦਾ ਸਹਿਕਾਰੀ ਅੰਧਾਰਾ ਇਫਕੋਆ অপਸ਼ਨ ਨੰਬਰ A ਇਸ ਆ ਰਾਈਟ ਆਨਸਰ ਇਫਕੋ ਤੇ ਇਫਕੋ ਦੀ ਸਥਾਪਨਾ ਕਦੋਂ ਹੋਈ ਸੀ 1967 ਇਸਵੀ ਦੇ ਵਿੱਚ ਨੈਕਸਟ ਕੁਐਸ਼ਨ ਭਾਰਤੀ ਖੇਤੀ ਖੋਜ ਸੰਸਥਾ ਦੀ ਸਥਾਪਨਾ 1929 ਵਿੱਚ ਕੀਤੀ ਗਈ ਸੀ ਇਸ ਦਾ ਮੁੱਖ ਦਫਤਰ ਕਿੱਥੇ ਆ ਭਾਰਤੀ ਖੇਤੀ ਖੋਜ ਸੰਸਥਾ ਦੀ ਜਿਹੜੀ ਸਥਾਪਨਾ ਮਾ 1929 ਇਸਵੀ ਦੇ ਵਿੱਚ ਕੀਤੀ ਗਈ ਸੀ ਇਸ ਦਾ ਮੁੱਖ ਦਫਤਰ ਦਿੱਲੀ ਦੇ ਵਿੱਚ ਆ ऑप्शन नंबर ए इज द राइट आंसर नेक्स्ट क्वेश्चन नेशनल बैंक ऑफ इंग्लिश एंड रूरल रूरल डेवलपमेंट संस्था ਦਾ ਮੁੱਖ ਦਫ਼ਤਰ ਕਿੱਥੇ ਸਥਿਤ ਹੈ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ ਬੀ ਮੁੰਬਈ ਦੇ ਵਿੱਚ ਮੁੰਬਈ ਦੇ ਵਿੱਚ ਸਥਿਤ ਹੈ ਨੈਕਸਟ ਕੁਐਸਚਨ ਹੈ ਜੀ ਵਿਸ਼ਵ ਵਪਾਰ ਸੰਸਥਾ ਦੀ ਸਥਾਪਨਾ ਕਦੋਂ ਹੋਈ ਸੀ 1947 1947 ਹਾਂਜੀ ਵਿਸ਼ਵ ਵਪਾਰ ਸੰਸਥਾ ਦੀ ਸਥਾਪਨਾ 1948 ਦੇ ਵਿੱਚ ਹੋਈ ਸੀ অপਸ਼ਨ ਨੰਬਰ A ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸ਼ਨ ਫੂਡ ਐਂਡ ਐਗਰੀਕਲਚਰ ਆਰਗੇਨਾਈਜੇਸ਼ਨ ਸੰਸਥਾ ਦਾ ਹੈੱਡ ਕੁਆਟਰ ਕਿੱਥੇ ਸਥਿਤ ਹੈ ਹਾਂਜੀ ਇਹਦਾ ਹੈੱਡ ਆਫਿਸ ਕਿੱਥੇ ਸਥਿਤ ਹੈ ਫੂਡ ਐਂਡ ਐਗਰੀਕਲਚਰ ਆਰਗੇਨਾਈਜੇਸ਼ਨ ਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ C ਰੋਮ ਰੋਮ ਦੇ ਵਿੱਚ ਸਥਿਤ ਹੈ ਨੈਕਸਟ ਕੁਐਸ਼ਨ ਦੇਸ਼ ਦੀ ਪਹਿਲੀ ਐਗਰੀਕਲਚਰ ਯੂਨੀਵਰਸਿਟੀ ਕਿਹੜੇ ਰਾਜ ਵਿੱਚ ਸਥਿਤ ਹੈ ਹਾਂਜੀ ਦੇਸ਼ ਦੀ ਪਹਿਲੀ ਐਗਰੀਕਲਚਰ ਯੂਨੀਵਰਸਿਟੀ ਹੈ ਜਿਹੜੀ ਇਹ ਉੱਤਰ ਪ੍ਰਦੇਸ਼ ਰਾਜ ਦੇ ਵਿੱਚ ਸਥਿਤ ਹੈ ਉੱਤਰ ਪ੍ਰਦੇਸ਼ ਨੈਕਸਟ ਕੁਐਸ਼ਨ ਪੀਏਯੂ ਕਿੱਥੇ ਸਥਿਤ ਹੈ ਹਾਂਜੀ ਪੀਏਯੂ ਲੁਧਿਆਣਾ ਦੇ ਵਿੱਚ ਸਥਿਤ ਹੈ ਆਪਸ਼ਨ ਨੰਬਰ A ਇਸ ਦਾ ਰਾਈਟ ਆਨਸਰ ਤੇ ਪੀਏਯੂ ਦੀ ਸਥਾਪਨਾ ਕਦੋਂ ਹੋਈ ਸੀ 1962 ਦੇ ਵਿੱਚ ਹੋਈ ਸੀ ਤੇ ਡਾਕਟਰ ਪ੍ਰੇਮਨਾਥ ਥਾਪਰ ਇਸ ਦੇ ਪਹਿਲੇ ਕਲਪਤੀ ਬਣੇ ਸੀਗੇ ਨੈਕਸਟ ਕੁਐਸਚਨ ਹੈ ਜੀ ਹੇਠ ਲਿਖਿਆਂ ਵਿੱਚੋਂ ਕਣਕ ਦੀ ਕਿਹੜੀ ਕਿਸਮ ਨੇ ਹਰੀ ਕ੍ਰਾਂਤੀ ਲਿਆਉਣ ਦਾ ਵੱਡਮੁੱਲਾ ਯੋਗਦਾਨ ਪਾਇਆ ਹਾਂਜੀ ਇਹਨਾਂ ਦੇ ਵਿੱਚੋਂ ਕਣਕ ਦੀ ਕਲਿਆਣ ਸੋਨਾ ਡਬਲਯੂ ਐਲ 711 ਪੀ ਆਰ 106 ਜਾਨੀ ਕਿ ਉਪਰੋਕਤ ਸਾਰੀਆਂ ਹੀ ਕਿਸਮਾਂ ਨੇ ਹਰੀ ਕ੍ਰਾਂਤੀ ਲਿਆਉਣ ਵਿੱਚ ਵੱਡਮੁੱਲਾ ਯੋਗਦਾਨ ਪਾਇਆ ਨੈਕਸਟ ਕੁਐਸਚਨ ਹੈ ਜੀ ਮਦਰੀਆ ਕਣਕਾਂ ਦਾ ਪਿਤਾਮਾ ਕਿਸ ਨੂੰ ਕਿਹਾ ਜਾਂਦਾ ਹੈ ਹਾਂਜੀ ਮਦਰੀਆ ਕਣਕਾਂ ਦਾ ਪਿਤਾਮਾ ਡਾਕਟਰ ਨੋਰਮਨ ਰਾਈਟ ਆਨਸਰ ਹੈ ਜੀ অপਸ਼ਨ ਨੰਬਰ ਏ ਡਾਕਟਰ ਨੋਰਮਨ ਈ ਬੋਰਲਗ ਨੂੰ ਕਿਹਾ ਜਾਂਦਾ ਹੈ ਨੈਕਸਟ ਕੁਐਸ਼ਨ ਪੰਜਾਬ ਵਿੱਚ ਕੀਨੂ ਦੀ ਖੇਤੀ ਦੀ ਸ਼ੁਰੂਆਤ ਦਾ ਸਿਧਾਂਤ ਕਿਹੜੇ ਦੇਸ਼ ਤੋਂ ਲਿਆ ਗਿਆ ਹੈ ਹਾਂਜੀ ਪੰਜਾਬ ਦੇ ਵਿੱਚ ਕੀਨੂ ਦੀ ਖੇਤੀ ਦੀ ਸ਼ੁਰੂਆਤ ਦਾ ਦਾਤ ਅਮਰੀਕਾ ਤੋਂ ਲਿਆ ਗਿਆ ਹੈ ਅਮਰੀਕਾ ਦੇ ਕੈਲੀਫੋਰਨੀਆ ਤੋਂ ਲਿਆ ਗਿਆ ਵਾ ਅਮਰੀਕਾ ਦੇ ਕੈਲੀਫੋਰਨੀਆ ਤੋਂ ਲਿਆ ਗਿਆ ਵਾ ਠੀਕ ਹੈ ਪੰਜਾਬ ਵਿੱਚ ਕਿਨੂ ਦੀ ਜਿਹੜੀ ਖੇਤੀ ਦੀ ਕਾਜਤਾ ਉਹ ਅਬੋਹਰ ਦੇ ਵਿੱਚ ਜ਼ਿਆਦਾ ਹੁੰਦੀ ਹੈ ਇਸ ਲਈ ਅਬੋਹਰ ਨੂੰ ਪੰਜਾਬ ਦਾ ਕੈਲੀਫੋਰਨੀਆ ਵੀ ਕਿਹਾ ਜਾਂਦਾ ਹੈ ਇਹ ਵੀ ਤੁਸੀਂ ਯਾਦ ਰੱਖਣਾ ਨੈਕਸਟ ਕੁਐਸਚਨ ਹੈ ਜੀ ਪੈਪਸੂ ਰਾਜ ਵਿੱਚ ਕਿਸ ਨੂੰ ਸ਼ਾਮਿਲ ਨਹੀਂ ਕੀਤਾ ਗਿਆ ਸੀ ਹਾਂਜੀ ਪੈਪਸੂ ਰਾਜ ਦੇ ਵਿੱਚ ਸ਼ਾਮਿਲ ਨਹੀਂ ਕੀਤਾ ਗਿਆ ਸੀ ਗੁਰਦਾਸਪੁਰ ਨੂੰ অপশন ਨੰਬਰ A ਇਸ ਆ ਰਾਈਟ ਆਨਸਰ ਪੈਪਸੂ ਰਾਜ ਦੇ ਕੁੱਲ 8 ਜ਼ਿਲ੍ਹੇ ਸਨ ਠੀਕ ਹੈ ਇਹ ਵੀ ਤੁਸੀਂ ਯਾਦ ਰੱਖਣਾ ਤੇ ਉਹਨਾਂ ਦੇ ਵਿੱਚ ਗੁਰਦਾਸਪੁਰ ਨੂੰ ਸ਼ਾਮਿਲ ਨਹੀਂ ਕੀਤਾ ਗਿਆ ਸੀ ਨੈਕਸਟ ਕੁਐਸਚਨ ਹੈ ਜੀ ਪੈਪਸੂ ਨੂੰ ਪੰਜਾਬ ਵਿੱਚ ਕਦੋਂ ਮਿਲਾਇਆ ਗਿਆ ਹਾਂਜੀ ਪੈਪਸੂ ਨੂੰ ਪੰਜਾਬ ਦੇ ਵਿੱਚ 1956 ਇਸਵੀ ਦੇ ਵਿੱਚ ਮਿਲਾਇਆ ਗਿਆ ਸੀ অপਸ਼ਨ ਨੰਬਰ B ਇਸ ਆ ਰਾਈਟ ਆਨਸਰ ਪੈਪਸੂ ਰਾਜ ਦੇ ਵਿੱਚ ਕੁੱਲ 8 ਰਿਆਸਤਾਂ ਸਨ ਤੇ ਪੈਪਸੂ ਰਾਜ ਦੀ ਰਾਜਧਾਨੀ ਪਟਿਆਲਾ ਸੀ। ਨੈਕਸਟ ਕੁਐਸ਼ਨ ਪੰਜਾਬ ਵੱਲੋਂ ਖੇਡਾਂ ਵਿੱਚ ਸਭ ਤੋਂ ਵੱਡਾ ਪੁਰਸਕਾਰ ਕਿਹੜਾ ਦਿੱਤਾ ਜਾਂਦਾ ਹੈ? ਹਾਂਜੀ ਪੰਜਾਬ ਦੇ ਵੱਲੋਂ ਖੇਡਾਂ ਦੇ ਵਿੱਚ ਸਭ ਤੋਂ ਵੱਡਾ ਪੁਰਸਕਾਰ ਮਹਾਰਾਜਾ ਰਣਜੀਤ ਸਿੰਘ ਅਵਾਰਡ ਦਿੱਤਾ ਜਾਂਦਾ ਹੈ। ਆਪਸ਼ਨ ਨੰਬਰ B ਇਸ ਦਾ ਰਾਈਟ ਆਨਸਰ ਤੇ ਇਸ ਦੇ ਨਾਲ 1 ਲੱਖ ਰੁਪਏ ਦੀ ਰਾਸ਼ੀ ਦਿੱਤੀ ਜਾਂਦੀ ਹੈ। ਨੈਕਸਟ ਕੁਐਸ਼ਨ ਪੰਜਾਬ ਦਾ ਸਭ ਤੋਂ ਠੰਡਾ ਸਥਾਨ ਕਿਹੜਾ ਹੈ ਹਾਂਜੀ ਪੰਜਾਬ ਦਾ ਸਭ ਤੋਂ ਠੰਡਾ ਸਥਾਨ ਹੈ ਅੰਮ੍ਰਿਤਸਰ ਆਪਸ਼ਨ ਨੰਬਰ A ਇਸ ਦਾ ਰਾਈਟ ਆਂਸਰ ਨੈਕਸਟ ਕੁਐਸ਼ਨ ਮਨਜੀਤ 바ਵਾ ਕਿਹੜੇ ਖੇਤਰ ਨਾਲ ਸੰਬੰਧ ਰੱਖਦੇ ਹਨ ਹਾਂਜੀ ਮਨਜੀਤ 바ਵਾ ਚਿੱਤਰਕਾਰ ਖੇਤਰ ਦੇ ਨਾਲ ਸੰਬੰਧ ਰੱਖਦੇ ਹਨ ਆਪਸ਼ਨ ਨੰਬਰ B ਇਸ ਦਾ ਰਾਈਟ ਆਂਸਰ ਨੈਕਸਟ ਕੁਐਸ਼ਨ ਕੀਲਾ ਰਾਏਪੁਰ ਖੰਡ ਦਾ ਆਯੋਜਨ ਕਿਹੜੇ ਮਹੀਨੇ ਕੀਤਾ ਜਾਂਦਾ ਹੈ ਹਾਂਜੀ ਜੇਕਰ ਵੀਡੀਓ ਚੰਗੀ ਲੱਗ ਰਹੀ ਹੈ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਕੀਲਾ ਰਾਏਪੁਰ ਖੇਡਾਂ ਦਾ ਆਯੋਜਨ ਫਰਵਰੀ ਮਹੀਨੇ ਦੇ ਵਿੱਚ ਕੀਤਾ ਜਾਂਦਾ ਹੈ অপਸ਼ਨ ਨੰਬਰ ਬੀ ਇਸ ਦਾ ਰਾਈਟ ਆਨਸਰ ਤਿੰਨ ਦਿਨ ਖੇਡਾਂ ਦਾ ਮੇਲਾ ਲੱਗਦਾ ਇੱਥੇ ਕਿਲਾ ਰਾਏਪੁਰ ਖੇਡ ਨੈਕਸਟ ਕੁਐਸਚਨ ਗੁਰੂ ਗੋਬਿੰਦ ਸਿੰਘ ਮਾਰਗ ਦੀ ਕੌਲਨ ਲੰਬਾਈ ਕਿੰਨੀ ਹੈ ਹਾਂਜੀ ਗੁਰੂ ਗੋਬਿੰਦ ਸਿੰਘ ਮਾਰਗ ਦੀ ਕੁੱਲ ਲੰਬਾਈ 577 ਕਿਲੋਮੀਟਰ ਹੈ অপਸ਼ਨ ਨੰਬਰ ਸੀ ਇਸ ਦਾ ਰਾਈਟ ਆਨਸਰ ਤੇ ਇਸ ਦਾ ਉਦਘਾਟਨ ਕਿਹਨੇ ਕੀਤਾ ਸੀ ਇਸ ਦਾ ਉਦਘਾਟਨ ਕੀਤਾ ਸੀ ਇન્દਰਾ ਗਾਂਧੀ ਨੇ ਇਹ 91 ਧਾਰਮਿਕ ਸਥਾਨਾਂ ਨੂੰ ਆਪਸ ਦੇ ਵਿੱਚ ਜੋੜਦਾ ਵਾ ਨੈਕਸਟ ਕੁਐਸ਼ਨ ਪੰਜਾਬ ਦੇ ਕਿਹੜੇ ਸ਼ਹਿਰ ਦੀ ਪ੍ਰਤੀ ਵਿਅਕਤੀ ਆਮਦਨ ਸਭ ਤੋਂ ਜ਼ਿਆਦਾ ਹੈ ਹਾਂਜੀ ਪੰਜਾਬ ਦੇ ਲੁਧਿਆਣਾ ਸ਼ਹਿਰ ਦੀ ਪ੍ਰਤੀ ਵਿਅਕਤੀ ਆਮਦਨ ਸਭ ਤੋਂ ਜ਼ਿਆਦਾ ਹੈ ਪੰਜਾਬੀ ਸੱਭਿਆਚਾਰ ਦਾ ਧੁਰਾ ਵੀ ਲੁਧਿਆਣਾ ਸ਼ਹਿਰ ਨੂੰ ਹੀ ਮੰਨਿਆ ਜਾਂਦਾ ਹੈ ਇਹ ਵੀ ਤੁਸੀਂ ਯਾਦ ਰੱਖਣਾ ਨੈਕਸਟ ਕੁਐਸਚਨ ਹੈ ਜੀ ਪੰਜਾਬ ਦਾ ਸਭ ਤੋਂ ਵੱਡਾ ਹਵਾਈ ਅੱਡਾ ਕਿੱਥੇ ਹੈ ਹਾਂ ਜੀ ਪੰਜਾਬ ਦਾ ਸਭ ਤੋਂ ਵੱਡਾ ਹਵਾਈ ਅੱਡਾ ਅੰਮ੍ਰਿਤਸਰ ਦੇ ਵਿੱਚ ਆਪਸ਼ਨ ਨੰਬਰ A ਇਸ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਸੰਸਾਰਪੁਰ ਨਾਮਕ ਪਿੰਡ ਕਿਸ ਕਾਰਨ ਪ੍ਰਸਿੱਧ ਹੈ ਹਾਂ ਜੀ ਸੰਸਾਰਪੁਰ ਨਾਮਕ ਪਿੰਡਾ ਜਿਹੜਾ ਇਹ ਖੇਡਾਂ ਦੇ ਕਾਰਨ ਸਥਿਤ ਹੈ অপਸ਼ਨ ਨੰਬਰ A ਇਸ ਦਾ ਰਾਈਟ ਆਨਸਰ ਭਾਰਤ ਨੂੰ 올림픽 ਖੇਡਾਂ ਲਈ 14 ਹਾਕੀ ਖਿਡਾਰੀ ਦੇਣ ਵਾਲਾ ਪਿੰਡਾ ਸੰਸਾਰਪੁਰ ਤੇ ਇਹ ਪਿੰਡਾ ਜਿਹੜਾ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਵਿੱਚ ਪੈਂਦਾ ਵਾ ਨੈਕਸਟ ਕੁਐਸਚਨ ਹੈ ਜੀ ਪੰਜਾਬ ਐਗਰੋ ਕਾਰਪੋਰੇਸ਼ਨ ਦਾ ਹੈੱਡਕੁਆਰਟਰ ਕਿੱਥੇ ਹੈ ਰਾਈਟ ਆਨਸਰ ਹੈ ਜੀ অপਸ਼ਨ ਨੰਬਰ ਸੀ ਚੰਡੀਗੜ੍ਹ ਨੈਕਸਟ ਕੁਐਸ਼ਚਨ ਫਤਿਹਵਰਜ ਦੀ ਕੋਲਨ ਲੰਬਾਈ ਕਿੰਨੀ ਹੈ ਹਾਂਜੀ ਫਤਿਹਵਰਜ ਦੀ ਕੋਲਨ ਲੰਬਾਈ 328 ਆ অপਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ 328 ਇਹ ਇਮਾਰਤ ਮੁਹਾਲੀ ਦੇ ਵਿੱਚ ਆ ਨੈਕਸਟ ਕੁਐਸ਼ਚਨ ਚੰਡੀਗੜ੍ਹ ਨੂੰ ਕਿੰਨੇ ਰਾਜਾਂ ਦੀ ਹੱਦ ਲੱਗਦੀ ਆ ਹਾਂਜੀ ਚੰਡੀਗੜ੍ਹ ਨੂੰ ਦੋ ਰਾਜਾਂ ਦੀ ਹੱਦ ਲੱਗਦੀ ਆ অপਸ਼ਨ ਨੰਬਰ ਬੀ ਇਸ ਦਾ ਰਾਈਟ ਆਨਸਰ ਨੈਕਸਟ ਕੁਐਸ਼ਨ ਮਾਂਚੈਸਟਰ ਆਫ ਪੰਜਾਬ ਕਿਸ ਨੂੰ ਕਿਹਾ ਜਾਂਦਾ ਹੈ ਹਾਂਜੀ ਮਾਂਚੈਸਟਰ ਆਫ ਪੰਜਾਬ ਲੁਧਿਆਣਾ ਨੂੰ ਕਿਹਾ ਜਾਂਦਾ ਹੈ অপਸ਼ਨ ਨੰਬਰ ਬੀ ਇਸ ਦਾ ਰਾਈਟ ਆਨਸਰ ਠੀਕ ਹੈ ਲੁਧਿਆਣਾ ਨੂੰ ਪੰਜਾਬ ਦਾ ਮਾਂਚੈਸਟਰ ਉਦਯੋਗਿਕ ਕੇਂਦਰ ਹੋਣ ਕਰਕੇ ਕਿਹਾ ਜਾਂਦਾ ਹੈ ਨੈਕਸਟ ਕੁਐਸ਼ਨ ਪੰਜਾਬ ਸ਼ਬਦ ਕਿਹੜੀ ਭਾਸ਼ਾ ਤੋਂ ਲਿਆ ਗਿਆ ਹੈ ਹਾਂਜੀ ਪੰਜਾਬ ਸ਼ਬਦ ਦਾ ਜਿਹੜਾ ਇਹ ਫਾਰਸੀ ਭਾਸ਼ਾ ਤੋਂ ਲਿਆ ਗਿਆ ਹੈ ਆਪਸ਼ਨ ਨੰਬਰ B ਇਸ ਦਾ ਰਾਈਟ ਆਨਸਰ ਨੈਕਸਟ ਕੁਐਸ਼ਨ ਪਰਾਚੀਨ ਪੰਜਾਬ ਵਿੱਚ ਅਨਾਰਕਲੀ ਦਾ ਮਕਬਰਾ ਕਿੱਥੇ ਸਥਿਤ ਹੈ ਪਰਾਚੀਨ ਪੰਜਾਬ ਦੇ ਵਿੱਚ ਅਨਾਰਕਲੀ ਦਾ ਮਕਬਰਾ ਲਾਹੌਰ ਦੇ ਵਿੱਚ ਸਥਿਤ ਹੈ ਆਪਸ਼ਨ ਨੰਬਰ A ਇਸ ਦਾ ਰਾਈਟ ਆਨਸਰ ਲਾਹੌਰ ਨੈਕਸਟ ਕੁਐਸ਼ਨ ਵੀਰ ਹਕੀਕਤ ਰਾਏ ਦੀ ਸਮਾਦ ਕਿੱਥੇ ਲੱਗਦੀ ਹੈ ਹਾਂਜੀ ਵੀਰ ਹਕੀਕਤ ਰਾਏ ਦੀ ਸਮਾਦ ਕਿੱਥੇ ਲੱਗਦੀ ਹੈ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ ਸੀ ਬਟਾਲਾ ਨੈਕਸਟ ਕੁਐਸ਼ਨ ਨਾਨਕ ਸਾਹੀ ਕੈਲੰਡਰ ਵਿੱਚ ਹਫਤਾ ਦਾ ਪਹਿਲਾ ਦਿਨ ਕਿਹੜਾ ਹੈ ਹਾਂਜੀ ਨਾਨਕ ਸਾਹੀ ਕੈਲੰਡਰ ਦੇ ਵਿੱਚ ਹਫਤੇ ਦਾ ਪਹਿਲਾ ਦਿਨ ਐਤਵਾਰ ਆ ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ ਸਾਲ ਦਾ ਪਹਿਲਾ ਮਹੀਨਾ ਚੇਤ ਅਤੇ ਆਖਰੀ ਫੱਗਣ 2003 ਵਿੱਚ ਲਾਗੂ ਕੀਤਾ ਗਿਆ ਸੀਗਾ ਨਾਨਕਸ਼ਾਹੀ ਕੈਲੰਡਰ ਐਸ ਨੂੰ ਜਾਰੀ ਕੀਤਾ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨੈਕਸਟ ਕੁਐਸਚਨ ਹਾੜੀ ਦੀਆਂ ਫਸਲਾਂ ਕਿਹੜੇ ਮਹੀਨੇ ਵਿੱਚ ਬੀਜੀਆਂ ਜਾਂਦੀਆਂ ਹਨ ਹਾਂਜੀ ਹਾੜੀ ਦੀਆਂ ਫਸਲਾਂ ਕਿਹੜੇ ਮਹੀਨੇ ਦੇ ਵਿੱਚ ਬੀਜੀਆਂ ਜਾਂਦੀਆਂ ਹਨ ਰਾਈਟ ਆਨਸਰ ਹੈ ਜੀ অপਸ਼ਨ ਨੰਬਰ ਏ ਅਕਤੂਬਰ ਤੇ ਨਵੰਬਰ ਦੇ ਮਹੀਨੇ ਦੇ ਵਿੱਚ ਅਕਤੂਬਰ ਤੋਂ ਨਵੰਬਰ ਦੇ ਮਹੀਨੇ ਦੇ ਵਿੱਚ ਹਾੜੀ ਦੀਆਂ ਜਿਹੜੀਆਂ ਫਸਲਾਂ ਆ ਇਹ ਬੀਜੀਆਂ ਜਾਂਦੀਆਂ ਹਨ ਜਾਨੀ ਕਿ ਅਕਤੂਬਰ ਦੇ ਵਿੱਚ ਬੀਚੀਆਂ ਅਕਤੂਬਰ ਨਵੰਬਰ ਦੇ ਵਿੱਚ ਬੀਜੀਆਂ ਜਾਂਦੀਆਂ ਨੇ ਤੇ ਇਹਨਾਂ ਦੀ ਕਟਾਈ ਕਦੋਂ ਕੀਤੀ ਜਾਂਦੀ ਆ ਮਾਰਚ ਅਪ੍ਰੈਲ ਦੇ ਵਿੱਚ ਇਹ ਵੀ ਤੁਸੀਂ ਯਾਦ ਰੱਖਣਾ ਨੈਕਸਟ ਕੁਐਸਚਨ ਹੈ ਜੀ ਹਾੜੀ ਦੀਆਂ ਫਸਲਾਂ ਨੂੰ ਮੁੱਖ ਤੌਰ ਤੇ ਕਿੰਨੇ ਭਾਗਾਂ ਵਿੱਚ ਵੰਡਿਆ ਜਾਂਦਾ ਹੈ ਹਾਂਜੀ ਹਾੜੀ ਦੀਆਂ ਫਸਲਾਂ ਨੂੰ ਮੁੱਖ ਤੌਰ ਤੇ ਤਿੰਨ ਭਾਗਾਂ ਦੇ ਵਿੱਚ ਵੰਡਿਆ ਜਾਂਦਾ ਹੈ অপਸ਼ਨ ਨੰਬਰ ਬੀ ਇਸ ਦਾ ਰਾਈਟ ਆਨਸਰ ਕਿਹੜੇ ਕਿਹੜੇ ਅਨਾਜ ਦਾਲਾਂ ਤੇ ਚਾਰੇ ਵਾਲੀਆਂ ਫਸਲਾਂ ਨੈਕਸਟ ਕੁਐਸ਼ਨ ਪੰਜਾਬ ਵਿੱਚ ਕਣਕ ਲਗਭਗ ਕਿੰਨੇ ਹੈਕਟੇਅਰ ਰਕਵੇ ਵਿੱਚ ਬੀਜੀ ਜਾਂਦੀ ਆ ਹਾਂਜੀ ਪੰਜਾਬ ਦੇ ਵਿੱਚ ਕਣਕ ਲਗਭਗ 35 ਲੱਖ ਹੈਕਟੇਅਰ ਰਕਵੇ ਦੇ ਵਿੱਚ ਬੀਜੀ ਜਾਂਦੀ ਆ অপਸ਼ਨ ਨੰਬਰ A ਇਸ ਦਾ ਰਾਈਟ ਆਨਸਰ ਤੇ ਇਸ ਦਾ ਔਸਤਨ ਝਾੜ ਸੌਰੀ 35 ਕਿਹਾ ਸੀ ਆ অপਸ਼ਨ B ਠੀਕ ਹੈ 35 ਲੱਖ ਹੈਕਟੇਅਰ ਇਹਦਾ ਰਾਈਟ ਆਨਸਰ ਆ ਤੇ ਔਸਤਨ ਝਾੜ ਕਿੰਨਾ ਦਿੰਦੀ ਹੈ ਇਹ 18 ਤੋਂ 20 ਕਵੰਟਲ ਦਾ ਨੈਕਸਟ ਕੁਐਸ਼ਨ ਕਣਕ ਦੀ ਪੈਦਾਵਾਰ ਵਿੱਚ ਦੁਨੀਆ ਦਾ ਕਿਹੜਾ ਦੇਸ਼ ਮੁਹਰੀ ਹੈ हां जी ਕਣਕ ਦੀ ਪੈਦਾਵਾਰ ਦੇ ਵਿੱਚ ਦੁਨੀਆ ਦਾ ਛੀਣ ਦੇਸ ਆ ਜਿਹੜਾ ਇਹ ਮੋਰੀ ਆ ਆਪਸ਼ਨ ਨੰਬਰ A ਇਸ ਦਾ ਰਾਈਟ ਆਨਸਰ ਜੇਕਰ ਰਾਜ ਦੀ ਗੱਲ ਪੁੱਛ ਲਈ ਜਾਵੇ ਕਿ ਭਾਰਤ ਦਾ ਕਿਹੜਾ ਰਾਜ ਕਣਕ ਦੀ ਪੈਦਾਵਾਰ ਦੇ ਵਿੱਚ ਮੋਰੀ ਆ ਤਾਂ ਤੁਹਾਡਾ ਰਾਈਟ ਆਨਸਰ ਹੋਵੇਗਾ ਉੱਤਰ ਪ੍ਰਦੇਸ਼ ਨੈਕਸਟ ਕੁਐਸਚਨ ਹੈ ਜੀ ਕਣਕ ਨੂੰ ਕਿੰਨੇ ਪਾਣੀਆਂ ਦੀ ਲੋੜ ਹੁੰਦੀ ਹੈ ਹਾਂ ਜੀ ਕਣਕ ਨੂੰ 4 ਤੋਂ 5 ਪਾਣੀਆਂ ਦੀ ਲੋੜ ਹੁੰਦੀ ਆ ਆਪਸ਼ਨ ਨੰਬਰ A ਇਸ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਜੋਆ ਦੀ ਪੈਦਾਵਾਰ ਵਿੱਚ ਦੁਨੀਆ ਦਾ ਕਿਹੜਾ ਦੇਸ਼ ਮੁਹਰੀ ਆ ਹਾਂਜੀ ਜੋਆ ਦੀ ਪੈਦਾਵਾਰ ਦੇ ਵਿੱਚ ਰੂਸ ਮੁਹਰੀ ਆ ਆਪਸ਼ਨ ਨੰਬਰ ਸੀ ਇਸ ਦਾ ਰਾਈਟ ਆਨਸਰ ਪਰ ਇਸ ਤੋਂ ਇਲਾਵਾ ਜੇਕਰ ਭਾਰਤ ਦੇ ਰਾਜ ਦੀ ਗੱਲ ਹੋ ਜੇ ਤਾਂ ਭਾਰਤ ਦਾ ਰਾਜ ਹੈਗਾ Rajasthan ਜੋਆ ਦੀ ਪੈਦਾਵਾਰ ਦੇ ਵਿੱਚ ਨੈਕਸਟ ਕੁਐਸਚਨ ਹੇਠ ਲਿਖਿਆਂ ਵਿੱਚੋਂ ਕਿਹੜੀ ਇੱਕ ਤੇਲ ਵਾਲੇ ਬੀਜ ਦੀ ਫਸਲ ਹੈ ਹਾਂਜੀ ਇਹਨਾਂ ਦੇ ਵਿੱਚੋਂ ਆਲਸੀ ਆਲਸੀ ਕੋ ਸੰਬੜਾ ਤੋਰੀਆ ਇਹ ਸਾਰੀਆਂ ਹੀ ਤੇਲ ਵਾਲੀਆਂ ਫਸਲਾਂ ਹਨ ਇਸ ਤੋਂ ਇਲਾਵਾ ਗੋभी सरो ਤਾਰਾ ਮੀਰਾ ਸੂਰਜਮੁਖੀ ਇਹ ਵੀ ਤੇਲ ਵਾਲੀਆਂ ਹੀ ਫਸਲਾਂ ਹਨ ਨੈਕਸਟ ਕੁਐਸ਼ਨ ਹੈ ਜੀ ਗੋभी सरो ਵਿੱਚ ਕਿਹੜਾ ਐਸਿਡ ਮੌਜੂਦ ਹੁੰਦਾ ਹੈ ਹਾਂਜੀ ਗੋभी सरो ਦੇ ਵਿੱਚ ਇਰੋਸਿਕ ਐਸਿਡ ਆ ਜਿਹੜਾ ਇਹ ਮੌਜੂਦ ਹੁੰਦਾ ਹੈ ਆਪਸ਼ਨ ਨੰਬਰ A ਇਸ ਆ ਰਾਈਟ ਆਨਸਰ ਨੈਕਸਟ ਕੁਐਸ਼ਨ ਚਾਰਿਆਂ ਦਾ ਬਾਦਸ਼ਾ ਕਿਸ ਨੂੰ ਕਿਹਾ ਜਾਂਦਾ ਹੈ ਹਾਂਜੀ ਚਾਰਿਆਂ ਦਾ ਬਾਦਸ਼ਾ ਬਰਸੀਨ ਨੂੰ ਕਿਹਾ ਜਾਂਦਾ ਹੈ অপਸ਼ਨ ਨੰਬਰ B ਇਜ਼ ਦਾ ਰਾਈਟ ਆਨਸਰ ਇੰਪੋਰਟੈਂਟ ਕੁਐਸਚਨ ਹੈ ਨੈਕਸਟ ਕੁਐਸਚਨ ਹੈ ਜੀ ਇੱਕ ਵੱਡੇ ਪਸ਼ੂ ਨੂੰ ਲਗਭਗ ਕਿੰਨੇ ਕਿਲੋ ਹਰਾ ਚਾਰਾ ਪ੍ਰਤੀ ਦਿਨ ਦੀ ਲੋੜ ਹੁੰਦੀ ਆ ਰਾਈਟ ਆਨਸਰ ਹੈ ਜੀ অপਸ਼ਨ ਨੰਬਰ C 40 ਕਿਲੋ 40 ਕਿਲੋ ਜਿਹੜਾ ਹਰਾ ਚਾਰਾ ਵਾ ਪ੍ਰਤੀ ਦਿਨ ਲੋੜ ਹੁੰਦੀ ਹੈ ਇੱਕ ਵੱਡੇ ਪਸ਼ੂ ਨੂੰ ਨੈਕਸਟ ਕੁਐਸਚਨ ਹੈ ਜੀ ਹੇਠ ਦਿੱਤੇਆਂ ਵਿੱਚੋਂ ਕਿਹੜੀ ਇੱਕ ਸੰਤਰੇ ਦੀ ਕਿਸਮ ਹੈ ਹਾਂਜੀ ਇਹਨਾਂ ਦੇ ਵਿੱਚੋਂ ਡੇਜ਼ੀ ਡਬਲਯੂ ਮਾਰਕਟ ਦੇਸੀ ਇਹ ਸਾਰੀਆਂ ਹੀ ਸੰਤਰੇ ਦੀਆਂ ਕਿਸਮਾਂ ਹਨ ਨੈਕਸਟ ਕੁਐਸਚਨ ਹੈ ਜੀ ਇਹਨਾਂ ਵਿੱਚੋਂ ਕਿਹੜੀ ਆਂਬ ਦੀ ਕਿਸਮ ਹੈ ਹਾਂਜੀ ਇਹਨਾਂ ਵਿੱਚੋਂ ਆਂਬ ਦੀ ਕਿਸਮਾਂ ਲੰਗੜਾ ਦੁਸਹਿਰੀ ਉਪਰੋਕਤ ਦੋਨੋਂ ਆਪਸ਼ਨ ਨੰਬਰ 3 ਇਸ ਦਾ ਰਾਈਟ ਆਨਸਰ ਠੀਕ ਹੈ ਇਹ ਆਂਬ ਦੀਆਂ ਕਿਸਮਾਂ ਨੇ ਲੰਗੜਾ ਤੇ ਦੁਸਹਿਰੀ ਨੈਕਸਟ ਕੁਐਸਚਨ ਹੈ ਜੀ ਆਮਲੇ ਦੀ ਕਿਸਮ ਦਾ ਨਾਮ ਦੱਸੋ ਹਾਂਜੀ ਆਮਲੇ ਦੀ ਕਿਸਮ ਦਾ ਨਾਮ ਆ ਬਲਵੰਤ ਨੀਲਮ ਚੰਦਨ ਉਪਰੋਕਤ ਸਾਰੇ ਆਪਸ਼ਨ ਨੰਬਰ ਡੀ ਇਸ ਦਾ ਰਾਈਟ ਆਨਸਰ ਨੈਕਸਟ ਕੁਐਸ਼ਨ ਰਾਸ਼ਟਰੀ ਵਣ ਨੀਤੀ 1988 ਮੁਤਾਬਿਕ ਵਾਤਾਵਰਣ ਨੂੰ ਅਨੁਕੂਲ ਰੱਖਣ ਦੇ ਲਈ ਤਰਕੀਬਨ ਕਿੰਨੇ ਪ੍ਰਤੀਸ਼ਤ ਰਕਬਾ ਜੰਗਲਾਂ ਹੇਠ ਹੋਣਾ ਲਾਜ਼ਮੀ ਹੈ ਹਾਂਜੀ ਬਹੁਤ ਜ਼ਿਆਦਾ ਇੰਪੋਰਟੈਂਟ ਕੁਐਸ਼ਨ ਹੈ ਇਹ ਰਾਈਟ ਆਨਸਰ ਹੈ ਜੀ অপਸ਼ਨ ਨੰਬਰ ਏ ਬੀ ਪ੍ਰਤੀਸ਼ਤ ਨੈਕਸਟ ਕੁਐਸਚਨ ਹੈਟ ਲਿਖੀਆਂ ਵਿੱਚੋਂ ਮਧਰੇ ਕੱਦ ਵਾਲੀ ਕਣਕ ਦੀ ਕਿਸਮ ਦੱਸੋ ਹਾਂਜੀ ਇਹਨਾਂ ਦੇ ਵਿੱਚੋਂ ਮਧਰੇ ਕੱਦ ਵਾਲੀ ਕਣਕ ਦੀ ਜਿਹੜੀ ਕਿਸਮ ਉਹਦਾ ਨਾਮ ਹੈਗਾ ਨਰਮਾ ਰੋਹ ਸੁਨਾਰਾ 64 ਯਾਨੀ ਕਿ অপਸ਼ਨ ਨੰਬਰ ਸੀ ਇਸ ਦਾ ਰਾਈਟ ਆਨਸਰ ਉਪਰੋਕਤ ਦੋਵੇਂ ਇਸ ਤੋਂ ਇਲਾਵਾ WH 1105 ਇਹ ਵੀ ਇੱਕ ਕਿਸਮ ਦੀ ਕਣਕ ਦੀ ਹੀ ਇੱਕ ਕਿਸਮ ਆ ਤੇ ਇਹ ਕਣਕ ਦੀ ਇੱਕ ਮੀਨਤਮ ਕਿਸਮ ਆ ਨੈਕਸਟ ਕੁਐਸਚਨ ਹੈ ਜੀ ਪੰਜਾਬ ਰਾਜ ਬੀਜ ਪ੍ਰਮਾਣਿਤ ਸੰਸਥਾ ਦਾ ਹੈੱਡਕੁਆਰਟਰ ਕਿੱਥੇ ਹੈ ਪੰਜਾਬ ਰਾਜ ਬੀਜ ਪ੍ਰਮਾਣਿਤ ਸੰਸਥਾ ਦਾ ਹੈੱਡਕੁਆਰਟਰ ਮੁਹਾਲੀ ਦੇ ਵਿੱਚ ਆ ਆਪਸ਼ਨ ਨੰਬਰ ਸੀ ਇਸ ਦਾ ਰਾਈਟ ਆਨਸਰ ਤੇ ਪੰਜਾਬ ਦੀ ਇਲੈਕਟ੍ਰੋਨਿਕ ਸਿਟੀ ਵੀ ਮੁਹਾਲੀ ਨੂੰ ਹੀ ਕਿਹਾ ਜਾਂਦਾ ਹੈ ਨੈਕਸਟ ਕੁਐਸਚਨ ਹੈ ਜੀ ਫਸਲਾਂ ਦੇ ਲਈ ਲਗਭਗ ਕਿੰਨੇ ਪ੍ਰਤੀਸ਼ਤ ਪੰਛੀ ਲਾਹੇਵੰਦ ਹਨ ਹਾਂਜੀ ਫਸਲਾਂ ਦੇ ਲਈ ਲਗਭਗ 98% ਪੰਛੀ ਆ ਜਿਹੜੇ ਇਹ ਲਾਹੇਵੰਦ ਆ ਆਪਸ਼ਨ ਨੰਬਰ B ਇਸ ਦਾ ਰਾਈਟ ਆਂਸਰ ਹੈ ਨੈਕਸਟ ਕੁਐਸਚਨ ਫਸਲ ਨੂੰ ਸਭ ਤੋਂ ਵੱਧ ਨੁਕਸਾਨ ਪਹੁੰਚਾਉਣ ਵਾਲਾ ਜਾਨਵਰ ਕਿਹੜਾ ਹੈ ਹਾਂਜੀ ਫਸਲ ਨੂੰ ਸਭ ਤੋਂ ਵੱਧ ਨੁਕਸਾਨ ਪਹੁੰਚਾਉਣ ਵਾਲਾ ਜਾਨਵਰ ਚੂਹਾ ਹੈ ਜੇਕਰ ਇੱਥੇ ਤੋਤਾ ਪੰਛੀ ਆਉਂਦਾ ਫਿਰ ਤੋਤਾ ਹੋਣਾ ਸੀ ਠੀਕ ਹੈ ਨੈਕਸਟ ਕੁਐਸ਼ਨ ਵੀਜ਼ ਐਕਟ ਨੂੰ ਕਦੋਂ ਲਾਗੂ ਕੀਤਾ ਗਿਆ ਹਾਂਜੀ ਵੀਜ਼ ਐਕਟ ਨੂੰ 1966 ਇਸਵੀ ਦੇ ਵਿੱਚ ਲਾਗੂ ਕੀਤਾ ਗਿਆ ਸੀ ਆਪਸ਼ਨ ਨੰਬਰ ਬੀ ਇਸ ਦਾ ਰਾਈਟ ਆਨਸਰ ਨੈਕਸਟ ਇਸ ਦੇ ਨਾਲ ਹੀ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਆ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸ ਦੇਣਾ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇਣਾ ਧੰਨਵਾਦ ਜੀ